ਤੇ ਉਹਦੇ ਨਾਲ ਕਿਵੇਂ ਸਬੱਬ ਬਣਿਆ ਫਿਰ ਔਜਲੇ ਨਾਲ? ਮਤਲਬ ਉਹਦਾ ਵੀ ਪਹਿਲਾਂ ਹੋਊਗਾ ਕਿ ਉਹਦਾ ਕਿੰਨਵਾਂ ਗਾਣਾ ਸੀ ਉਹ? ਗੱਲ ਕੁਛ ਨਹੀਂ, ਉੱਥੇ ਮੈਂ ਯੂਟਿਊਬ ਦੇ ਵੀਡੀਓ ਦੇਖਦਾ ਸੀ, ਕਹਿੰਦੇ ਗੁਰਦੁਆਰੇ 'ਚ ਹੋਇਆ ਕੁੜੀ ਨਾਲ ਗਲਤ ਕੰਮ, ਦੇਖੋ ਹੁਣ ਉਹ ਕੈਪਸ਼ਨ ਉੱਦਾਂ ਦੀ ਲਿਖਦੇ। ਹਾਂ, ਇੰਡੀਆ ਦਾ ਮੀਡੀਆ ਵੀ ਜਿਹੜੇ ਆ ਦੋ ਚਾਰ ਰਿਸੈਸ਼ਨ ਹੈਗਾ ਥੋੜ੍ਹਾ ਆ, ਰੌਲਾ ਜ਼ਿਆਦਾ ਆ ਇੱਥੇ ਬ੍ਰਾਂਟਨ ਮੋਂਟਰਲ ਦੀਆਂ ਕੁੜੀਆਂ ਕੜੀਆਂ ਹੋ ਗਈਆਂ ਨਾ। ਮੈਂ ਵੀ ਤੁਸੀਂ ਕੰਫਰਟੇਬਲ ਹੋਵੋ ਚਾਹੇ ਨਾ, ਪਰ ਮੈਂ ਇਹ ਗੱਲ ਪੁੱਛਣੀ ਜ਼ਰੂਰ ਹੈ। ਨਾਲ ਨੇੜਤਾ ਸੀ ਉਹਦੀ ਅਤੇ ਉਹ ਜਿਹੜੇ ਰਿਹਾਨ ਰੈਕਡ ਵਾਲੇ, ਰਿਹਾਨ ਰੈਕਡ ਵਾਲੇ ਜਿਹੜਾ ਅੜ ਕੇ ਬੰਦਾ, ਹੁਣ ਮੈਂ ਕਹਿ ਰਿਹਾ ਵੀ ਮੈਂ ਵੀ ਗਾਣਾ ਕੱਢਣਾ ਛੇਤੀ ਉਹ। ਹਾਂ, ਕੋਈ ਕੋਈ ਸਲਾਹ ਮੈਨੂੰ ਕਿਹੜੀ ਦੇਣੀ ਚਾਹੋਗੇ? ਕੋਈ ਸਲਾਹ ਨਹੀਂ। ਇਹ ਫੋਲਡਰਾਂ ਦੇ ਚਾਕਰੀ ਬੈਠੀਆਂ ਨੇ, ਡੇਢ ਕੁ ਲੱਖ ਮੇਰਾ ਹੀ ਫੋਲਡਰ ਹੈਗਾ, ਅਸੀਂ ਠੁਮਕੇ ਲਾ ਕੇ ਨਹੀਂ ਲੈਤਾ। ਜਦ ਵਧੀਆ ਚੱਲਿਆ ਸੀ ਉਹ ਕਿ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੱਟਾ ਬੱਚਾ ਵੇਚ ਕੁੜੇ। ਅਭੀ ਅਭੀ ਆਏ ਨਾ ਬਾਈ, ਗੇਮ ਦੇਖਣਾ, ਇੱਕਦਮ ਸਭ ਕੀ ਗੇਮ ਬਚਾ ਡਾਲੇਂਗੇ। ਸੁਣੀ ਚੱਲਿਓ ਤੇ ਪਹਿਲੀ ਪੋਡਕਾਸਟ ਆਪਣੀ ਗੋਪੀ ਸੰਧੂ ਬਾਈ ਨਾਲ, ਤੇ ਦੱਸਿਓ ਕੀ ਰਿਪੋਰਟਾਂ ਨੇ, ਤੇ ਜਿਹੜਾ ਵੀ ਤੁਹਾਨੂੰ ਹੋਰ ਬੰਦਾ ਪਸੰਦ ਵੀ ਹੋਊਗਾ ਮੈਨੂੰ ਮਾੜਾ ਜਿਹਾ ਕਹਿ ਦਿਓ। ਆਪਾਂ ਇੱਥੇ ਬਿਠਾ ਕੇ ਨਾਲੇ ਕੋਕ ਪਿਆਵਾਂਗੇ, ਚਾਹ ਨਹੀਂ ਪਿਆਉਣੀ, ਕੋਕ ਕੌਫੀ ਹੋਰ ਕੋ ਮਰਜ਼ੀ ਪਿਓ, ਚਾਹ ਨਹੀਂ, ਕੋਕ ਕੋਕ। ਤੇ ਮੰਨ ਲਓ ਬਈ ਵੀਰੇ ਤੁਸੀਂ ਗਾਣੇ ਸੁਣੇ ਹੋਣਗੇ ਗੋਪੀ ਸੰਧੂ ਬਾਈ ਦੇ, ਹੈ ਨਾ, ਬਹੁਤ ਬਾਈ ਦੇ ਲਿਖੇ ਵੀ ਹੈਗੇ, ਆਪਦੇ ਵੀ ਗਾਏ ਵੇ ਹੈਗੇ, ਖੁੱਤੀ ਗਾਣਾ ਸੁਣਿਆ ਹੋਊ। ਵੀ ਸੰਧੂ ਬੈਠਾ ਨਾਚ ਮਕਾਉਣ ਨੂੰ, ਫੇਰਿਆ ਪਿਆਰ ਖੁੱਤੀ ਖੁੱਤੀ ਪਾਉਣ ਨੂੰ ਜੱਟ। ਪਹਿਲਾਂ ਪਹਿਲਾਂ ਬਹੁਤ ਟਾਈਮ ਪਹਿਲਾਂ ਆਇਆ ਸੀਗਾ ਫੇਕ ਬੰਦੇ ਗਾਣਾ, ਹੈ ਨਾ, ਕਿ ਜਿੰਨਾ ਪਿੱਛੇ ਤੂੰ ਫਿਰਦੀ ਬੀਬਾ ਉਹ ਬੰਦੇ ਫੇਕਿਆ, ਬੰਦੇ ਫੇਕਿਆ, ਠੀਕ ਹੈ। ਕਿੰਨੇ ਸਾਲ ਹੋ ਗਏ ਬਈ ਗਾਣੇ ਆਏ ਨੂੰ? ਪੰਜ ਸਾਲ ਹੋ ਗਏ। ਹਾਂ, 5 ਸਾਲ ਆ ਗਿਆ, ਅਤੇ ਬਾਕੀ ਕੋਈ ਚੱਕਰ ਨਹੀਂ, ਹੁਣ ਬੈਕ ਟੂ ਬੈਕ ਤਿਆਰ ਆ ਬਾਬਿਓ, ਕਰ ਲੈ ਕੰਟੀਨਿਊ ਕਰ ਦੇ ਬਸ, ਅਤੇ ਜਿਹੜਾ ਗੈਪ ਹੈ ਗੈਪ ਪੂਰਾ ਕਰ ਦੇਣਾ, ਹੁਣ ਆਓ ਜਲਾਉ ਹੁਣ ਜਿੰਨਾ ਪਿੱਛੇ। ਅਤੇ ਅਸੀਂ ਤੁਹਾਨੂੰ ਬਾਈ ਬਾਰੇ ਸਾਰਾ ਕੁਝ ਦੱਸਾਂਗੇ, ਹੈ ਨਾ, ਕੀ ਸਿਸਟਮ ਸੀਗਾ ਵੀ ਕੀ ਗੱਲਾਂ ਬਾਤਾਂ। ਹੋਰ ਬਾਈ ਕਿੱਦਾਂ, ਸਹੀ ਚੱਲ ਰਹੀ ਜ਼ਿੰਦਗੀ? ਵਧੀਆ ਆਕਾਸ਼ ਵੀਰੇ, ਤੁਸੀਂ ਦੱਸੋ? ਮੈਂ ਤਾਂ ਬਈ ਕੱਟ ਫੁੱਲਾਂ ਦੀ ਖੁੱਤੀ ਆਪਾਂ ਹੁਣ ਇਹ 'ਚ ਵੀ ਪਾ ਦੇਣੀ ਹੈ ਖੁੱਤੀ, ਹੁਣ ਤੁਸੀਂ ਕੇ ਐਸ ਮੱਖਣ ਦੇ ਗਾਣੇ 'ਚ ਪਵਾਤੀ, ਹੁਣ ਤੁਹਾਡੇ ਵਾਲੇ ਗਾਣੇ 'ਚ ਪਾਉਣੀ ਨੇ, ਬਸ ਸ਼ੁਰੂ ਕਰ ਲਿਆ ਆਕਾਸ਼ ਨੇ, ਅਤੇ ਬਸ ਖੁੱਤੀ ਪਾ ਦੇਣੀ ਹੈ, ਖੂੰਜ ਲਾਲਾ ਬਿਠਾ ਦੇਣੇ ਸਾਰੇ, ਆਪਣੀ ਵੀਡੀਓ ਚੱਲੇ ਚਾਹੇ ਨਾ, ਪਰ ਲੋਕਾਂ ਨੇ ਚਲਾ ਦੇਣੀ ਹੈ, ਚੱਲਣੀ ਕਿਉਂ ਨਹੀਂ। ਅਤੇ ਊਂ ਬਾਈ ਤੁਹਾਡਾ ਪੂਰਾ ਨਾਮ ਕੀ, ਮੈਂ ਤੁਹਾਨੂੰ ਪੁੱਛ ਲੈਂਦਾ ਗੋਪੀ ਸੰਧੂ ਦੇ ਨਾਂ ਨਾਲ ਬਾਈ ਨੂੰ ਜਾਣਦੇ ਹੋਵੋਗੇ? ਪੂਰਾ ਨਾਮ ਮੈਨੂੰ ਲੱਗਦਾ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ, ਪੂਰਾ ਨਾਂ ਹੈਗਾ ਮੇਰਾ ਸੁਖਮਿੰਦਰ ਸਿੰਘ। ਚਲੋ ਜੀ, ਸੁਖਮਿੰਦਰ ਸਿੰਘ, ਠੀਕ ਆ ਬਾਈ। ਫਿਰ ਸਕੂਲ 'ਚ ਗੋਪੀ ਸੰਧੂ ਦੇ ਨਾਂ ਤਾਂ ਨਹੀਂ ਕਿਸੇ ਨੂੰ? ਗੋਪੀ ਸੰਧੂ ਬਣ ਗਿਆ ਜਦੋਂ ਉੱਥੇ ਸਕੂਲ ਖੇਡਦੇ ਖੁੱਡਦੇ ਹੁੰਦੇ, ਉਹ ਤੋਂ ਬਸ ਨਾ ਗੋਪੀ ਗੋਪੀ ਕਹਿਣ ਲੱਗ ਪਿਆ, ਆਪਾਂ ਸੰਧੂ ਆਪ ਲਾ ਲਿਆ ਮਗਰ। ਠੀਕ ਹੈ ਫਿਰ ਸੁਖਮਿੰਦਰ ਸਿੰਘ ਸੰਧੂ। ਹਾਂ, ਸੁਖਮਿੰਦਰ ਸਿੰਘ ਸੰਧੂ ਤੋਂ ਫਿਰ ਗੋਪੀ ਸੰਧੂ ਹੋ ਗਿਆ। ਠੀਕ ਹੈ ਬਾਈ, ਅਤੇ ਇੱਧਰੋਂ ਪੰਜਾਬ 'ਚੋਂ ਕਿੱਥੋਂ ਤੁਸੀਂ? ਪੰਜਾਬ 'ਚੋਂ ਵੀਰੇ ਆਪਣਾ ਹੈਗਾ ਨਕੋਦਰ ਦੇ ਲਾਗੇ ਪਿੰਡ ਪੈਂਦਾ ਸ਼ੰਕਰ। ਠੀਕ ਹੈ, ਨਕੋਦਰ ਦੇ ਨਾਲ ਜਿਹੜਾ ਲੱਗਦਾ ਸ਼ੰਕਰ, ਹੈ ਨਾ, ਨਕੋਦਰ ਸ਼ੰਕਰ ਦੇ ਨਾਲ ਜਿਵੇਂ ਲੱਗਦਾ ਸਰੀ। ਹਾਂ, ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਗੋਪੀ ਸੰਧੂ ਨਾਲ ਜੁੜੇ ਉਦਾਂ ਹੀ ਯਾਰੀ ਬਲੀ। ਠੀਕ ਹੈ, ਗਾਣੇ ਤਾਂ ਬਈ ਤੁਹਾਡੇ ਬਹੁਤ ਮੈਂ ਸੁਣੇ ਹੈਗੇ, ਮੈਨੂੰ ਬੜੇ ਘੈਂਟ ਲੱਗਦੇ, ਹੈ ਨਾ, ਆਹ ਕੇ ਐਸ ਮੱਖਣ ਨਾਲ ਹੁਣ 2-3 ਮਿੰਟ ਦਾ ਆਏ ਸੀਗੇ, ਉਹ ਤਾਂ ਗਾਣੇ ਪੂਰੇ ਸਾਰਿਆਂ ਨੇ ਸੁਣੇ, ਵਧੀਆ ਰੂਹ ਨਾਲ ਸੁਣੇ ਸਾਰਿਆਂ ਨੇ ਗੀਤ। ਉਹ ਤੁਹਾਡੇ ਪਿੰਡ ਦੇ ਕੇ ਐਸ ਮੱਖਣ? ਮੈਨੂੰ, ਮੈਂ ਇਹਦੇ ਭਾਅ ਜੀ, ਅਸੀਂ ਇੱਕੋ ਹੀ ਪਿੰਡ ਤੋਂ, ਅਤੇ ਬਾਕੀ ਗਾਣੇ ਜਿਹੜੇ ਚੱਲ ਜਾਂਦੇ ਆ ਉਹ ਫਿਰ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਂਦੀ, ਪਤਾ ਹੀ ਹੁੰਦਾ। ਹੁਣ ਖੁੱਤੀ ਪੰਜਾਬੀ ਦਾ ਸ਼ਬਦ ਹੈ, ਖੁੱਤੀ ਪਾ ਦੇਣੀ, ਬਿਲਕੁਲ ਬਿਲਕੁਲ ਪੈ ਜਾਣੀ ਹੈ ਬਸ। ਹੁਣ ਹੁਣ ਬਾਈ ਦੇ ਬੈਕ ਟੂ ਬੈਕ ਗਾਣੇ ਕਰ ਰਹੇ ਹਾਂ ਆਪਾਂ, ਇਹ ਨਹੀਂ ਪਤਾ ਆਪਣਾ ਵੀ ਜੁਲਕਾ ਵਿੱਚ ਹੀ ਆ ਜੇ, ਤਾਂ ਵੇਟ ਕਰਿਓ। ਆਕਾਸ਼ ਵੀ ਆ ਰਿਹਾ ਵੀ, ਮੈਂ ਤੁਹਾਨੂੰ ਦੱਸਦਾ ਇਹ ਵੀ ਮਾਰਕੀਟ ਵਿੱਚ, ਹੋਰ ਸਥਿਰ ਛੱਡ ਦੇਣਾ ਸਾਰਿਆਂ ਦਾ ਲੱਗੂਗਾ, ਨਾਲ ਲੱਗਣਾ ਉਹ ਰੱਬ ਦੇ ਹੈਗਾ, ਕੋਸ਼ਿਸ਼ ਆ ਵੀ ਤਾੜ ਦੇ ਕੇ ਵੱਜੇ ਤੁਸੀਂ ਤੇ ਵੱਜੇ ਆ ਕੇ ਬਲੌਗ ਦੇ ਨਾਲ ਨਾਲ, ਇਹ ਵੀ ਹੱਥ 'ਚ ਮਾਰਿਆ ਹੁਣ। ਅਤੇ ਫਿਰ ਕਿਵੇਂ ਕੇ ਐਸ ਮੱਖਣ ਨਾਲ ਵਧੀਆ ਪਿਆਰ ਉੱਧਰ ਨੂੰ? ਸਾਰੇ ਸਾਰਿਆਂ ਨਾਲ ਵਧੀਆ ਬਾਈ, ਠੀਕ ਹੈ ਭਾਜੀ ਨਾ ਆਪਣਾ ਵਧੀਆ ਪਿਆਰ ਆ, ਅਤੇ ਗਾਣੇ ਇੱਕ ਪਿੰਡ 'ਚ ਵੱਧ ਲੱਗਦੀ ਹੁੰਦੀ ਹੈ ਨਾ ਮੱਖਿਆ, ਲਾਕਡਾਊਨ ਵਾਲੇ ਬੰਦੇ ਵੀ ਹੈਗੇ ਆ, ਹੁੰਦੇ ਹੀ ਆ, ਸਾਰਿਆਂ ਦੇ ਹੀ ਹੁੰਦੇ ਆ, ਪਰ ਮੇਰੇ ਨਾਲ ਜਿਵੇਂ ਕਈ ਬੈਠੇ ਗਏ ਆਪਣੇ ਕਮਰੇ 'ਚ ਬੈਠੇ ਉਹ ਦੇਖੀ ਜਾਂਦੇ ਜੋ ਬਣਾ ਕੇ, ਜੋ ਬਣਾ ਕੇ ਨਾ ਆਪਣੀ ਬਹੁਤ ਲੱਗਦੀ ਆ, ਆਪਣੇ ਇੱਕ ਪਿੰਡ ਦੀ ਇਕੱਠੀ ਪੜ੍ਹੇ ਆ, ਪਰ ਫਿਰ ਪਿੰਡਾਂ 'ਚ ਪਰ ਬਚਾ ਆ, ਬਚਾ ਵਧੀਆ ਚੱਲੀ ਜਾਂਦਾ। ਠੀਕ ਹੈ ਵੀਰੇ, ਠੀਕ ਹੈ। ਆਪਾਂ ਤੁਸੀਂ ਕੈਨੇਡਾ ਕਦੋਂ ਕਿੰਨਾ ਟਾਈਮ ਪਹਿਲਾਂ ਆਏ ਸੀ ਬਾਈ? ਕੈਨੇਡਾ ਆਕਾਸ਼ ਵੀਰੇ ਮੈਂ ਆਇਆ ਸੀਗਾ 2016 ਦੇ ਵਿੱਚ, 16 'ਚ ਬਾਰਵੀਂ ਕਰਕੇ ਆਇਆ ਸੀਗੇ? ਨਹੀਂ ਮੈਂ ਸਟੂਡੈਂਟ ਨਹੀਂ ਸੀ ਆਇਆ। ਅੱਛਾ,
ਠੀਕ ਹੈ ਠੀਕ ਹੈ ਵੀਰ ਆਪਣਾ ਵਰਕ ਪਰਮਿਟ ਤੇ ਆਇਆ ਸੀ ਹਾਂ ਮੈਂ ਵਿਸਟਰ ਆਇਆ ਸੀ ਅੱਛਾ ਵਿਸਟਰ ਆਇਆ ਸੀ ਵਿਸਟਰ ਆਇਆ ਸੀ ਮੈਂ ਉਦਾਂ ਮੇਰੇ ਨਾਲ ਜਿਹੜੇ ਮੇਰੇ ਫਰੈਂਡ ਸਾਰੇ ਸਾਰੇ ਸਟੂਡੈਂਟ ਹੀ ਸੀ ਉਦੋਂ ਅਸੀਂ ਉੱਥੇ ਇਕੱਠੇ ਰਹਿੰਦੇ ਠੀਕ ਹੈ ਜੀ ਤੇ ਪਰ ਮੈਨੂੰ ਪਤਾ ਸਾਰਾ ਹੀ ਆ ਸਟੂਡੈਂਟ ਲਾਈਫ ਦਾ ਕਿਉਂਕਿ ਮੇਰੇ ਨਾਲ ਸਰਕਲ ਸਾਰੇ ਮੁੰਡੇ ਹੁੰਦੇ ਸੀਗੇ ਅੱਛਾ ਮਾਂ ਕਿਤੇ ਛੇਲੀ ਛੋਲੀ ਹੋ ਗਈ ਵੀ ਬਾਈ ਕਹਿੰਦਾ ਮੈਨੂੰ ਪਤਾ ਸੀ ਉਹਦੇ ਬਾਰੇ ਲੇਕਿਨ ਮੈਂ ਅਸਾਈਨਮੈਂਟਾਂ ਕਰਦੇ ਹੋਵਾਂਗੇ ਫਿਰ ਬਾਈ ਹਾਂ ਨਹੀਂ ਪਤਾ ਹੀ ਹੁੰਦਾ ਸਾਰਾ ਕੁਛ ਠੀਕ ਹੈ ਠੀਕ ਹੈ ਤੇ ਪਹਿਲਾ ਗਾਣਾ ਤੁਹਾਡਾ ਕਦੋਂ ਆਇਆ ਸੀ ਬਾਈ ਆਪਾਂ ਗਾਣੇ ਦੀ ਗੱਲ ਤੇ ਆਉਣਾ ਮੈਂ ਗਾਣਾ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਫੇਕ ਬੰਦੇ ਉਹ ਹੀ ਪਹਿਲਾ ਸੀਗਾ ਹਾਂ ਉਹ ਸਭ ਤੋਂ ਪਹਿਲਾ ਗਾਣਾ ਸੀ ਜਿਹਨਾਂ ਪਿੱਛੇ ਤੂੰ ਫਿਰਦੀ ਉਹ ਕਾਰਨਾ ਤੇਰੇ ਨਾਲ ਆਇਆ ਸੀ ਮੈਨੂੰ ਲੱਗਦਾ ਕਾਰਨ ਰੈਪ ਕੀਤਾ ਸੀ ਉਹਦੇ ਚ ਠੀਕ ਹੈ ਠੀਕ ਜਿਹਨਾਂ ਪਿੱਛੇ ਤੂੰ ਫਿਰਦੀ ਬੀਬਾ ਬੰਦੇ ਫੇਕ ਆ ਮੈਨੂੰ ਮੈਂ ਤਾਂ ਹੁਣ ਚਲੋ ਮੇਰੀ ਤਾਂ ਉਮਰ ਛੋਟੀ ਹੈਗੀ 16 ਸਾਲਾਂ ਦੀ ਆ ਮੈਂ ਤੇ ਮੰਨ ਲਓ ਹੁਣ ਲੋਕਾਂ ਨੇ ਕਹਿਣਾ ਵੀ ਕਿਉਂ ਮਰੀ ਜਾਂਦਾ ਗਾ ਨਹੀਂ ਨਹੀਂ ਵੀਰੇ ਆਪਾਂ 16 ਦੀ ਆ ਮੈਂ ਇਧਰਲਾ ਬੋਰਨ ਕੈਨੇਡਾ ਦੇ ਸੀਗਾ ਦੂਜਾ ਫੋਨ ਨੀ ਗਜਰਾ ਰੇ ਤੇ ਉਹ ਗਾਣਾ ਮੈਂ ਚਲੋ ਮਜ਼ਾਕ ਨਾਲ ਮਜ਼ਾਕ ਰਹਿ ਗਿਆ ਮੈਂ ਬੜਾ ਸੁਣਿਆ ਬਾਈ ਫੇਕ ਬੰਦੇ ਹਾਂ ਫੇਕ ਬੰਦੇ ਉਹ ਗਾਣਾ ਵਧੀਆ ਸੀ ਉਹ ਜਿਹੜੇ ਦਾ ਰੈਪ ਵੀ ਸੋਹਣਾ ਸੀਗਾ ਤੁਹਾਡਾ ਤਾਂ ਗਾ ਵੈ ਹੀ ਘੈਂਟ ਸੀਗਾ ਅਤੇ ਉਹਦੇ ਨਾਲ ਕਿਵੇਂ ਸਬੱਬ ਬਣਿਆ ਫਿਰ ਉਹਦੇ ਨਾਲ ਮਤਲਬ ਉਹਦਾ ਵੀ ਪਹਿਲਾਂ ਹੋਊਗਾ ਕਿ ਉਹਦਾ ਕਿੰਨਵਾਂ ਗਾਣਾ ਸੀ ਉਹ ਨਹੀਂ ਕਰਨ ਦੇ ਉਦੋਂ ਗੀਤ ਆਏ ਸੀ ਹੋਰ ਵੀ ਦੋ ਤਿੰਨ ਅੱਛਾ ਵਧੀਆ ਗਾਣੇ ਸੀ ਉਹਦੇ ਅਤੇ ਸੰਦੀਪ ਹੁਣੀ ਉਹਨਾਂ ਨਾਲ ਉਹਨਾਂ ਦੇ ਥਰੂ ਉਹਨਾਂ ਦੇ ਨਾਲ ਨੇੜਤਾ ਸੀ ਉਹਦੀ ਅਤੇ ਉਹ ਜਿਹੜੇ ਰਿਹਾਨ ਰੈਕਰਡ ਵਾਲੇ ਰਿਹਾਨ ਰੈਕਰਡ ਵਾਲੇ ਹਾਂ ਅਤੇ ਉਹ ਸਭ ਤੋਂ ਪਹਿਲਾਂ ਗਾਣਾ ਰਿਹਾਨ ਰੈਕਰਡ 'ਤੇ ਰਿਲੀਜ਼ ਹੋਇਆ ਸੀ ਗਾਡਰ ਬੰਦੇ ਤੁਹਾਡਾ ਹਾਂ ਜਿਹੜਾ ਆਪਣਾ ਲਿਖਿਆ ਸੀ ਅਤੇ ਭਾਅ ਜੀ ਦਾ ਗਾਇਆ ਸੀ ਮੱਖਣ ਦਾ ਅਤੇ ਅੱਛਾ ਉਹਨਾਂ ਦਾ ਗਾਇਆ ਹੋਇਆ ਸੀ ਜਿਹੜੇ ਕੰਮ ਲੋਕੀ ਹੁਣ ਕਰਦੇ ਕਰਕੇ ਛੱਡੇ ਚਿਰਦੇ ਆ ਉਹ ਵੀ ਸਾਰਿਆਂ ਨੇ ਸੁਣਿਆ ਹੋਣਾ ਗੀਤ ਅਤੇ ਉੱਤੋਂ ਪਰ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਉਹਨਾਂ ਦੀ ਸਟੋਰੀ ਹੋਰ ਸੀ ਮੇਰੀ ਕਹਾਣੀ ਹੋਰ ਸੀ ਮੈਂ ਹੋਰ ਕੰਮ ਕਾਰ ਤੁਹਾਨੂੰ ਪਤਾ ਹੀ ਆ ਕਿਵੇਂ ਕਰਨ ਕਰਨ ਹਾਂ ਨਹੀਂ ਉਹ ਇੱਦਾਂ ਸੀ ਉਹ ਥੋੜ੍ਹੇ ਜਿਹੇ ਉਹਨਾਂ ਕੋਲ ਟਾਈਮ ਵੀ ਸੀਗਾ ਮਿਊਜ਼ਿਕ ਲਈ ਸਾਡੇ ਕੋਲ ਉਦੋਂ ਟਾਈਮ ਘੱਟ ਸੀ ਉਹ ਤਾਂ ਮੈਨੂੰ ਉਹਨੇ ਕਰਨ ਦੇ ਭੈਣ ਨੇ ਸਪਾਂਸਰ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਥੋੜ੍ਹਾ ਕੰਮ ਕਾਰ 'ਚ ਵੀ ਬਿਜ਼ੀ ਰਹਿਣਾ ਭੱਜ ਦੌੜ ਇੱਧਰ ਚਲ ਗਏ ਉੱਧਰ ਆ ਗਏ ਉੱਧਰੋਂ ਪੇਪਰ ਵਰਕ ਦੀ ਟੈਨਸ਼ਨ ਸੀਗੀ ਠੀਕ ਹੈ ਅਤੇ ਗਾਣਾ ਤੋਂ ਆਪਾਂ ਸੱਟ ਤਾਂ ਪਹਿਲੇ ਗਾਣੇ ਨਾਲ ਹੀ ਮਾਰਤੀ ਸੀ ਜਿਹਨਾਂ ਪਿੱਛੇ ਤੂੰ ਫਿਰਦੀ ਬੀਬਾ ਬੰਦੇ ਫੇਕ ਗਿਆ ਪਰ ਉਦੋਂ ਬਾਅਦ ਗੈਪ ਪੈ ਗਿਆ ਅਤੇ ਉਹ ਤਾਂ ਕਰਦੇ ਰਹੇ ਕੰਮ ਟੀਮ ਵਰਕ ਉਹਨਾਂ ਦੀ ਟੀਮ ਵਧੀਆ ਬਣ ਗਈ ਅਤੇ ਉਹਨਾਂ ਲਈ ਗੁੱਡ ਲੱਕ ਆ ਉਹ ਤਾਂ ਚਲੋ ਹੁਣ ਮੈਨੂੰ ਉਹਨਾਂ ਬਾਰੇ ਕੋਈ ਬਾਹਲਾ ਬੋਲਣ ਦੀ ਲੋੜ ਨਹੀਂ ਦੁਨੀਆਂ ਵਧੀਆ ਚੱਲ ਪਿਆ ਕੰਮ ਅਤੇ ਬਾਕੀ ਇੱਦਾਂ ਆ ਵੀ ਆਪਣਾ ਕੰਮ ਜਿਹੜਾ ਆਪਾਂ ਕੋਈ ਨਾ ਆਪਾਂ ਵੀ ਖਿੱਚਦੇ ਹਾਂ ਹੁਣ ਜਾਰੀ ਰੱਖਿਆ ਆ ਜਿੰਦਾਬਾਦ ਆ ਕੰਮ ਨਹੀਂ ਓਕੇ ਰਿਪੋਰਟ ਆ ਕੰਮ ਅਤੇ ਉਹ ਤੋਂ ਬਾਅਦ ਫਿਰ ਹੁਣ ਗੈਪ ਕਿੰਨੇ ਟਾਈਮ ਦਾ ਹੋਊਗਾ ਜਿਹੜਾ ਵਿੱਚ ਸੀਗਾ ਉਹ ਗੈਪ ਵੀ 3 ਕੁ ਸਾਲ ਕੁਛ ਕੀਤਾ ਹੀ ਨਹੀਂ ਕਿਉਂ ਫਿਰ ਐਂ ਨਹੀਂ ਹੋਇਆ ਵੀ ਯਾਰ ਮੈਨੂੰ ਮੈਂ ਜਦੋਂ ਮੈਂ ਸੋਚਿਆ ਗਾ ਹੁਣ ਜਦੋਂ ਬਾਈ ਨੇ ਦੱਸ ਦਿੱਤਾ ਵੀ ਗਾਣੇ ਕੋਲ ਹੁਣ ਆਪਾਂ ਵੀ ਸੋਚ ਰਹੇ ਹਾਂ ਅਤੇ ਕਰ ਵੀ ਰਹੇ ਹਾਂ ਉਹਨਾਂ ਕੋਲ ਇੱਕ ਦੋ ਗਾਣੇ ਤਿਆਰ ਵੀ ਕਰੇ ਹੈਗੇ ਅਤੇ ਦੇਖ ਰਹੇ ਹਾਂ ਜਿਹੜੇ ਮੇਰੇ ਦੋਸਤਾਂ ਨੂੰ ਵਧੀਆ ਲੱਗੂਗਾ ਆਪਾਂ ਰਲ ਮਿਲ ਕੇ ਜੇ ਕੱਢ ਦਾਂਗੇ ਜੇ ਕੋਈ ਨਾ ਉਹਦੇ ਲੱਗੂ ਰਹਿਣ ਦਾਂਗੇ ਅੱਗੇ ਕਿਹੜਾ ਮੈਂ ਗਾਣੇ ਕੱਢਦਾ ਯਾਰ ਤੁਹਾਨੂੰ ਪਤਾ ਹੀ ਮੇਰੀ ਆਵਾਜ਼ ਕਿਹੋ ਜਿਹੀ ਹੈਗੀ ਮੈਂ ਪਹਿਲਾਂ ਵੀ ਲਿਖਿਆ ਸੀ ਇੱਕ ਕਿ ਤੁਸੀਂ ਸੁਣਿਆ ਹੋਊ ਬਾਈ ਸ਼ਾਇਦ ਵਧੀਆ ਚੱਲਿਆ ਸੀ ਉਹ ਕਿ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੱਟਾ ਬੱਛਾ ਵੇਚ ਕੁੜੇ ਮੈਂ ਸੁਣਿਆ ਤੁਸੀਂ ਬਾਈ ਮਜ਼ਾਕ ਚ ਲੈ ਰਹੇ ਹੋ ਗੱਲ ਨੂੰ ਉਦੋਂ ਬਾਅਦ ਦੂਜਾ ਵੀ ਲਿਖਿਆ ਸੀਗਾ ਇੱਕ ਕਿ ਤੇਰਾ ਯਾਰ ਵੇਚਦਾ 4 ਕੁੜੇ ਕਦੇ ਆਦੇ ਦਾ ਕਦੇ ਔਲੇ ਦਾ ਮੇਰੇ ਬਾਪੂ ਦਾ ਮੇਰੇ ਦਾਦੇ ਦਾ ਸਾਡਾ ਸੇਮ ਹੀ ਕਾਰੋਬਾਰ ਕੁੜੇ ਤੇਰਾ ਯਾਰ ਵੇਚਦਾ 4 ਕੁੜੇ ਕਦੇ ਆਦੇ ਦਾ ਕਦੇ ਔਲੇ ਦਾ ਵਧੀਆ ਚੱਲੇ ਸੀ ਇਹ ਪਹਾੜਾਂ 'ਚ ਚੱਲੇ ਕਦੇ ਇਹ ਤਾਂ ਬਾਈ ਹੁਣ ਤੁਸੀਂ ਸਮਝ ਨਹੀਂ ਰਹੇ ਗੱਲ ਨੂੰ ਇਹ ਜਜ਼ਬਾਤਾਂ ਨੂੰ ਯਾਰ ਇਹ ਇਦੂ ਕਹਾਂ ਜੇ ਇਹਦੇ ਨਾਲ ਤਾਂ ਮੈਂ ਪਾਰਟ 3 ਕੱਢਤਾ ਇਹ ਨਹੀਂ ਪਤਾ ਬਿੱਲਬੋਰਡ ਹੈਂਗ ਹੋ ਜੇ ਅਤੇ 3 ਸਾਲਾਂ ਜਿਹੜਾ ਉਹਦਾ ਗੈਪ ਸੀ ਬਾਈ ਫਿਰ ਉਹਦਾ ਉਹ ਤੋਂ ਬਾਅਦ ਕਿਹੜਾ ਗਾਣਾ ਕੱਢਿਆ ਉਦੋਂ ਬਾਅਦ ਵੀਰੇ ਗਾਣੇ ਕਾਸ਼ ਆਪਣੇ ਜਿਹੜੇ ਲਿਖੇ ਗਾਣੇ ਸੀ ਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਗਾਡਰ ਬੰਦੇ ਸੀਗਾ ਆਪ ਨਹੀਂ ਕੀਤਾ ਗਾਣਾ ਪਰ ਜਿਹੜੇ ਲਿਖਣ ਵਾਲੇ ਉਹ ਚੱਲੀ ਗਏ ਮੰਗਲ ਗ੍ਰਹਿ ਥਾਪੀ ਦੇ ਕੇ ਜਿਹਨੂੰ ਅਸੀਂ ਤੋਰ ਦਿੰਦੇ ਹਾਂ ਉਹ ਨਹੀਂ ਉਹ ਬੰਦਾ ਕਦੇ ਬੈਕ ਮੁੜਿਆ ਅਤੇ ਇਹ ਹੋ ਗਿਆ ਫਿਰ ਇੱਕ ਪਰਵਾਹ ਗਾਣਾ ਸੀਗਾ ਕਰਦੇ ਤਾਂ ਲੋਕੀ ਗੱਲਾਂ ਕਰ ਲੈਣ ਦੇ ਅਸੀਂ ਬਾਹਲੀ ਨਹੀਂ ਕਿਸੇ ਦੀ ਪਰਵਾਹ ਕਰਦੇ ਇੱਕ ਸਹਾਰਾ ਗਾਣਾ ਵੀ ਸੀ ਮੈਨੂੰ ਲੱਗਦਾ ਕਿਹੜਾ ਉਹ ਤੁਹਾਡਾ ਲਿਖਿਆ ਸੀ ਪਤਾ ਮੈਨੂੰ ਭੁਲੇਖਾ ਲੱਗ ਰਿਹਾ ਕੇਸ ਮੱਖਣ ਨਹੀਂ ਉਹ ਸੀਗਾ ਆਪਣਾ ਜਿਨ੍ਹਾਂ ਨੂੰ ਜਾ ਕੇ ਮਿਲਦਾ ਕਾਕਾ ਸਾਨੂੰ ਆ ਕੇ ਮਿਲਦੇ ਆ ਹਾਂ ਨਹੀਂ ਇਹ ਇੱਕ ਹੋਰ ਵੀ ਯਾਰੀ ਜੀ ਸੀਗਾ ਗਾਣਾ ਉਹ ਨਹੀਂ ਯਾਰੀ ਤੇ ਉਹ ਨਹੀਂ ਮੈਨੂੰ ਅਸੀਂ ਜੀਦਾ ਦਿਲ ਤੋਂ ਕੀਤਾ ਸਾਲੇ ਗੇਮਾਂ ਖੇਡ ਗਏ ਇਹ ਤੁਹਾਡੇ ਸੀ ਹਾਂ ਹਾਂ ਇਹਦਾ ਥੋੜਾ ਹੋਰ ਭੁਲੇਖਾ ਪਈ ਜਾਂਦਾ ਗੇਮਾਂ
ਉਹ ਤਾਂ ਹੁਣ ਮਿਲਣ ਦਾ ਪਿਛਲੇ ਸਾਲ ਦੀ ਗੱਲ ਆ ਆਹ ਉਹ ਮੇਰਾ ਡੈਡੀ ਬਹੁਤ ਸੁਣਦਾ ਇਹਨੂੰ ਹਾਂ ਮੈਂ ਕਿਹਾ ਪਤਾ ਨਹੀਂ ਕਿਹਨੇ ਗੇਮ ਖੇਡੀ ਡੈਡੀ ਨਾਲ ਮੈਂ ਡੈਡੀ ਹੱਟ ਜਾ ਦਿਲ ਤੋਂ ਕੀਤਾ ਉਹ ਗਾਣਾ ਮੈਂ ਆਪ ਕੀਤਾ ਸੀ ਉਹ ਅੱਛਾ ਉਹ ਗਾਣਾ ਮੈਂ ਆਪ ਰਿਕਾਰਡ ਕੀਤਾ ਹੋਇਆ ਸੀਗਾ ਤੇ ਮੈਂ ਭਾਜੀ ਨੂੰ ਸੁਣਾਇਆ ਭਾਜੀ ਕਹਿੰਦਾ ਮੈਂ ਕਰਨਾ ਗੀਤ ਇਹ ਮੈਂ ਕਿਹਾ ਚਲੋ ਠੀਕ ਹੈ ਤੇ ਉਹ ਵੀ ਗਾਣਾ ਵਧੀਆ ਪਰ ਹੁਣ ਖਿੱਚਾਂਗੇ ਕੰਮ ਹੁਣ ਤੂੰ ਸੁਣਾਈ ਆ ਮੈਂ ਤੈਨੂੰ ਗਾਣੇ ਆਹੋ ਬਸ ਤਿਆਰ ਆ ਕੰਮ ਆ ਰਹੇ ਆ ਕੋਈ ਨਾ ਹੁਣ ਸਹੀ ਸਹੀ ਦੱਸ ਦੇ ਵੀ ਕਿੱਦਾਂ ਸੀ ਮਾਹੌਲ ਉਹਨਾਂ ਗਾਣਿਆਂ ਦਾ ਬਸ ਇੱਕ ਪਿੱਛੇ ਪਿੱਛੇ ਬਾਈ ਦਾ ਹੁਣ ਆਇਆ ਸੀ ਨੇਮ ਗਾਣਾ ਅਤੇ ਉਹ ਤੋਂ ਬਾਅਦ ਹੁਣ ਦੋ ਤਿੰਨ ਵਾਰੀ ਮੈਨੂੰ ਸੁਣਾ ਤੇ ਦੋ ਕੁ ਮਿਲਿਆ ਗਾਣਾ ਹੁਣ ਵੀ ਸੁਣਾਂਗੇ ਅਤੇ ਦੋ ਕੁ ਤੋਂ ਬਾਅਦ ਹਜੇ ਜਿਹੜੇ ਗਾਹਾਂ ਦੇ ਉਹ ਵੀ ਦੇਖ ਰਹੇ ਹਾਂਗੇ ਵੀ ਕੀ ਬਣਦਾ ਗਾ ਮੈਨੂੰ ਵੀ ਲੜੀ ਮਈ ਵਿੱਚ ਮਾੜਾ ਮੋਟਾ ਯਾਰ ਅਤੇ ਤਾਂ ਨਾਲ ਹੀ ਰੱਖਣਾ ਬਸ ਠੀਕ ਹੈ ਅਤੇ ਇਹ ਤੋਂ ਬਾਅਦ ਜਿਹੜਾ ਆਪਣਾ ਉਹ ਸੀ ਨਾ ਜੋ ਖੁੱਤੀ ਗਾਣੇ ਦੀ ਗੱਲ ਮੈਂ ਉਹ ਕਰਦਾ ਸੀ ਵਾਰ ਵਾਰ ਉਹ ਮੈਂ ਤਾਂ ਕਰ ਰਿਹਾ ਗਾ ਉਹ ਜਿਵੇਂ ਹੁੰਦਾ ਨਾ ਕਿਸੇ ਬੰਦੇ ਦੀ ਐਂਟਰੀ ਕਰਾ ਦਿੰਦਾ ਗਾ ਮੱਖਣ ਬਾਈ ਚਲੋ ਉਹਦਾ ਆਪਦਾ ਵਧੀਆ ਚੱਲਦਾ ਹੈ ਨਾ ਅਤੇ ਪਰ ਉਹ ਗਾਣੇ ਤੋਂ ਬਾਅਦ ਐਂ ਜਿਹਾ ਹੋ ਗਿਆ ਵੀ ਬੰਦਾ ਆ ਰਿਹਾ ਖੁੱਤੀ ਪਾਉਣ ਨੂੰ ਉਹ ਤੋਂ ਬਾਅਦ ਬੰਦਾ ਫਿਰ ਹਾਈਲਾਈਟ ਹੋ ਗਿਆ ਕਿ ਤੁਹਾਨੂੰ ਮੈਂ ਹੋਰ ਦੱਸਣ ਜਾਣਾ ਵੀ ਬਾਈ ਆਪਣੇ ਇੱਥੇ ਮਾਊਂਟਰੀਅਲ ਹੀ ਨੇ ਅਤੇ ਮੈਂ ਮਾਊਂਟਰੀਅਲ ਬਾਬਾ ਟਾਈਮ ਦਾ ਰਹਿ ਰਿਹਾ ਸੀ ਪਰ ਆਪਣੇ ਕੋਲ ਮਹੀਨਾ ਕੀ ਆ ਉਹਦਾ ਮੂਵ ਕਰ ਜਾਣਾ ਵੀਰੇ ਫਿਰ ਤੁਹਾਨੂੰ ਮਿਲ ਨਹੀਂ ਆਇਆ ਕਰਾਂਗੇ ਵਜੇ ਦੀ ਸਾਧ ਛੱਡ ਚੱਲਾ ਵੀ ਆਕਾਸ਼ ਮਾਊਂਟਰੀਅਲ 'ਚੋਂ ਹਾਂ ਉੱਦਾਂ ਨਹੀਂ ਉੱਦਾਂ ਵੀ ਨਾਲ ਹੀ ਆ ਮਾਊਂਟਰੀਅਲ 'ਚ ਵੀ ਆਵਾਂਗੇ ਕੋਈ ਨਾ ਇਹ ਬਸ ਪੰਜ ਸੱਤ ਮਹੀਨੇ ਤੱਕ ਆ ਜਾਣਾਗਾ ਕੋਈ ਲੰਬਾ ਟੂਰ ਕੱਢਣ ਚੱਲਿਆ ਬਲ ਟੂਰ ਚੱਲਾਂਗੇ ਬਾਬੇ ਉਹ ਗਾਣੇ ਕੱਢਣ ਤੋਂ ਪਹਿਲੀ ਬਲ ਟੂਰ ਕੋਈ ਨਾ ਸੁਣੇ ਚਾਹੇ ਪਿੱਛੇ ਮਿਊਜ਼ਿਕ ਵਗੈਰਾ ਕਰਿਆ ਕਰਾਂਗੇ ਪਰ ਬਾਈ ਤੁਹਾਨੂੰ ਮੈਂ ਇੰਨਾ ਪੁੱਛਣਾ ਸੀਗਾ ਵੀ ਤੁਸੀਂ ਇਹਦੇ ਗਾਣੇ ਦੇ ਨਾਲ ਨਾਲ ਹੋਰ ਕਿਹੜਾ ਕੰਮ ਕੁੰਮ ਇੱਥੇ ਆਕਾਸ਼ ਨਾਲ ਤੈਨੂੰ ਪਤਾ ਵੀ ਟਰੱਕ ਅੱਛਾ ਪੱਕੀ ਰੋਡ ਨਾਲ ਯਾਰੀ ਯਾਰ ਡਰਾਈਵਰ ਦੀ ਠੀਕ ਹੈ ਠੀਕ ਹੈ ਆਪਣਾ ਪੰਜਾਬੀਆਂ ਦਾ ਪਹਿਲਾ ਪਿਆਰ ਤਾਂ ਕੀ ਲੱਗਾ ਟਰੱਕ ਹੈ ਟਰੱਕ ਹੈ ਯਾਰ ਪਰ ਮੈਂ ਨਹੀਂ ਵੀਰੇ ਆਪਾਂ ਨਹੀਂ ਟਰੱਕ ਚਲਾਉਂਦੇ ਤੇਰੀ ਗੱਲ ਹੋ ਗਿਆ ਆਪਾਂ ਯਾਰ ਚਲਾਵਾਂਗੇ ਹੁਣ ਮੈਂ ਹੋਰ ਦੇ ਸੰਸਣ ਮੈਂ ਪਾਇਲਟ ਬਣ ਰਿਹਾ ਬਹੁਤ ਛੇਤੀ ਉਹ ਅਤੇ ਆਪਾਂ ਪਰਸਨਲ ਜੈਟ ਲਵਾਂਗੇ ਵੀਰੇ ਲੋਕ ਕਹਿਣਗੇ ਮਜ਼ਾਕ ਕਰੀ ਜਾਂਦਾ ਪਰ ਮਜ਼ਾਕ ਨਹੀਂ ਅਤੇ ਇੱਥੇ ਫਿਰ ਫੈਮਲੀ ਨਾਲ ਰਹਿੰਦੇ ਹੋ ਬਾਈ ਹੋ ਗਏ ਪੀ ਆਰ ਵਗੈਰਾ ਸਰ ਕੋਲ ਪੇਪਰ ਵਰਕ ਕੈਨੇਡਾ ਸਾਰਾ ਘੁਮਾ ਦਿੰਦਾ ਹੈ ਉੱਥੇ ਬੰਦੇ ਨੂੰ ਪਤਾ ਹੁੰਦਾ ਵੀ ਕਹਾਣੀ ਲੋਟ ਆਉਣੀ ਹੈ ਕਹਾਣੀ ਤਾਂ ਕੈਨੇਡਾ ਦੀ ਕਿਸੇ ਦੀ ਲੋਟ ਆਉਂਦੀ ਨਹੀਂ ਆ ਬੈਠੇ ਆਂਗੇ ਭੱਜ ਦੌੜ ਕਰਕੇ ਬਸ ਟਿਕਾਣੇ ਲੱਗ ਗਏ ਇੱਥੇ ਗੋਰੀ ਨਹੀਂ ਮਿਲ ਰਹੀ ਮੈਨੂੰ ਚਲੋ ਤੁਸੀਂ ਤਾਂ ਪੀ ਆਰ ਹੋ ਗਏ ਮੈਂ ਵੀ ਦੇਖਣੀ ਆ ਵੀਰੇ ਮੈਂ ਗੋਰੀ ਗਾਰੀ ਹੋਰ ਲੱਭਦੇ ਲਕੋਣਾ ਗੱਲਾਂ ਸਾਡੇ ਤੋਂ ਕਹਾਣੀ ਸੈੱਟ ਕਰੀ ਬੈਠਾ ਤੂੰ ਸਾਰੀ ਉਦਾਂ ਮੈਨੂੰ ਪਤਾ ਤੇਰਾ ਨਹੀਂ ਉਹ ਤਾਂ ਸਿਟੀਜ਼ਨ ਹੈ ਨਾ ਹਾਂ ਮੈਂ ਫਿਰ ਪਿਆਰ ਵੀ ਭਾਲਦਾ ਨਾ ਪੀ ਆਰ ਦੇ ਨਾਲ ਪੀ ਆਰ ਪਲੱਸ ਪਿਆਰ ਇਜ਼ ਇਕੁਅਲ ਟੂ ਟੂਰ ਲਵ ਇਹ ਵੀ ਗੱਲ ਹੈਗੀ ਬਾਈ ਕਹਿੰਦਾ ਲਈ ਜਾ ਗੱਲਾਂ ਮਾਰੀ ਚੱਲ ਅਤੇ ਹੁਣ ਇੱਕ ਬਾਈ ਜਿਵੇਂ ਮੇਰੇ ਵਰਗੇ ਬੰਦਾ ਹੁਣ ਮੈਂ ਕਹਿ ਰਿਹਾ ਵੀ ਮੈਂ ਭਾਈ ਗਾਣਾ ਕੱਢਣਾ ਛੇਤੀ ਉਹ ਕੋਈ ਕੋਈ ਸਲਾਹ ਮੈਨੂੰ ਕਿਹੜੀ ਦੇਣੀ ਚਾਹੋਗੇ ਕੋਈ ਸਲਾਹ ਨਹੀਂ ਸਲਾਹ ਵਾਲੇ ਚੱਲਦੇ ਹੀ ਨਹੀਂ ਸਲਾਹ ਵਾਲੇ ਨਹੀਂ ਚੱਲਦੇ ਨਾ ਸਿੱਖਣ ਵਾਲਾ ਬੰਦਾ ਚੱਲਦਾ ਨਾ ਸਲਾਹ ਵਾਲਾ ਚੱਲਦਾ ਮੈਂ ਵੀ ਆਡੀਅੰਸ ਜਿਹੜੀ ਪੰਜਾਬੀ ਆਡੀਅੰਸ ਆ ਉਹਨੂੰ ਪਤਾ ਹੀ ਹੈ ਵੀ ਇਹਦਾ ਰੱਬ ਰਾਖਾ ਹੀ ਕਹਿ ਸਕਦੇ ਧੱਕੇ ਧੱਕੇ ਮੁੱਕੀ ਜਾ ਕੋਈ ਫੜ ਲੈਣਾ ਹਨਾ ਬਸ ਮੈਂ ਤੁਹਾਨੂੰ ਗਾਣਾ ਚੱਲਣਾ ਤੁਹਾਨੂੰ ਸ਼ਾਰਟਕੱਟ ਤਰੀਕਾ ਮੈਂ ਦੱਸ ਦਾਂਗਾ ਹੁਣ ਮੈਂ ਤਾਂ ਚਲੋ ਮੇਰਾ ਚੱਲੇ ਚਾਹੇ ਨਾ ਪਰ ਮੈਂ ਤਰੀਕਾ ਦੱਸ ਦੇਣਾ ਗਾ ਇੱਕ ਤਾਂ ਗੱਡੀ ਪਾ ਦਿਓ ਗਾਣੇ 'ਚ ਵੀ ਜੱਟ ਕੋਲ ਉਹ ਗੱਡੀ ਆ ਜਿਹੜੀ ਕਿਸੇ ਕੋਲ ਹੈ ਹੀ ਨਹੀਂ ਪੂਰੇ ਸ਼ਹਿਰ 'ਚ ਅਤੇ ਦੂਜੀ ਮੈਂ ਇਹੋ ਜਿਹੇ ਟਾਇਰ ਘੁਮਾ ਦਿੰਦਾ ਗਾ ਜਿਹੜੇ ਕੋਈ ਘੁਮਾ ਹੀ ਨਹੀਂ ਸਕਦਾ ਅਤੇ ਤੀਜੀ ਗੱਲ ਕਹਿ ਲਓ ਫੀਮ ਵੀ ਅਸੀਂ ਤਾਂ ਭਾਈ ਫੀਮ ਆਪਦੀ ਪਰਸਨਲ ਪੈਦਾ ਕਰੀ ਵੀ ਆ ਬੂਟ ਬਾਟ ਲੱਗੇ ਹੋਏ ਸਾਡੇ ਇੱਦਾਂ ਦੇ ਟੋਪਿਕ ਚੱਲਦੇ ਹਾਂ ਇਹ ਹੋ ਗਏ ਉਹ ਤੋਂ ਬਾਅਦ ਕੁੜੀ ਨੂੰ ਨਿੰਦ ਦਿਓ ਜਾਂ ਕਹਿ ਦਿਓ ਵੀ ਭਾਈ ਮੈਂ ਤਾਂ ਬੜਾ ਵੱਡਾ ਖਿਡਾਰੀ ਹੈਗਾ ਇਹੀ ਗਾਣਾ ਆ ਰਿਹਾ ਵੈਸੇ ਮੇਰਾ ਕੁੜੀ ਨੂੰ ਸਮਝਾਵਾਂਗੇ ਆਪਣੀ ਗਾਣੇ ਦੇ ਨਾਲ ਨਾਲ ਪ੍ਰਮੋਸ਼ਨ ਕਰ ਰਿਹਾ ਬੰਦਾ ਤੁਹਾਡੇ ਦੀ ਵੀ ਕਰਨ ਦੇ ਯਾਰ ਕੋਈ ਨਾ ਹੁਣ ਇਹ ਸੱਚ ਇਹ ਤੋਂ ਬਾਅਦ ਹੁਣ ਕਿਹੜਾ ਸੋਚਿਆ ਵੀ ਪਹਿਲਾਂ ਜਿਹੜਾ ਤੁਸੀਂ ਹੁਣ ਤੁਹਾਡਾ ਨੇਮ ਆਇਆ ਸੀਗਾ ਉਹ ਸੁਣਾ ਦਿਓ ਮਾੜਾ ਦੋ ਚਾਰ ਲੈਣਾ ਗਾਣਾ ਸੁਣਿਆ ਤਾਂ ਹੈ ਕਾਸ਼ ਉਹਨਾਂ ਨੇ ਨਾ ਸੁਣਿਆ ਦੁਬਾਰਾ ਸੁਣਾਵਾਂ ਸਾਰਿਆਂ ਨੂੰ ਸੁਣਾਉਣਾਗਾ ਮੈਂ ਨਾ ਇਕੱਠੇ ਗਾਉਣੇ ਆ ਆਪਾਂ ਮੈਨੂੰ ਵੀ ਕਹਿੰਦੇ ਬਈ ਸਾਈਡ 'ਚ ਦਿਓ ਕੇ ਬਹਿ ਜਾ ਮੇਰੀ ਆਵਾਜ਼ ਬੂਝ ਨਹੀਂ ਹੈ ਨਹੀਂ ਪਰ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਗਾਉਂਦੇ ਨਹੀਂ ਹੈਗੇ ਸਿੱਖ ਨਹੀਂ ਰਹੇ ਉਹ ਸਾਡੇ ਚਲਾਈ ਜਾਂਦੇ ਆ ਕੰਮ ਉਹ ਕਿਵੇਂ ਚਲਾ ਰਹੇ ਹੈਗੇ ਆਟੋ ਟਿਊਨਰ ਆ ਆੜੀ ਸਾਡਾ ਗਾਣੇ ਅਜੇ ਬੜੇ ਆਉਣਗੇ ਹਾਂ ਸਮਝਦੇ ਹੋ ਗਾਣੇ ਦਾੜ ਦਾੜ ਆਉਣੇ ਹੈਗੇ ਉਹ ਗਾਣਾ ਸੀਗਾ ਆਕਾਸ਼ ਜਿਹੜਾ ਹੁਣ ਆਪਾਂ ਕੀਤਾ ਸੀਗਾ ਵੀ ਭਾਈ ਸਾਡੀ ਝਾਂਜਰ ਛਣਕਦੀ ਨਹੀਂ ਗੈਰਾਂ ਦੇ ਤੇ ਉੱਡਣ ਨਹੀਂ ਦਿੱਤੀ ਕਦੇ ਛਤਰੀ ਤੋਂ ਅੱਖ ਸਾਡੀ ਅਸਲੀ ਪਛਾਣ ਲੈਂਦੀ ਆ ਤੇ ਲੈਣਾ ਕੀ ਆ ਵੀਰਾ ਅਸੀਂ ਨਕਲੀ ਤੋਂ ਸੋਚ ਸਾਡੀ ਟੱਚ ਅਸਮਾਨ ਕਰਦੀ ਉਹ ਨਹੀਂ ਜੋ ਰਹਿੰਦੇ ਬਿੱਲੋ ਖਪਿਆਂ 'ਚ ਆਓ ਪੱਟਦੇ ਹਾਂ ਜੜ ਨਹੀਂ ਪੁਰਾਣੇ ਖੁੰਡਾਂ ਦੀ ਨਾ ਭਾਵੇਂ ਆਉਂਦਾ ਸਾਡਾ ਨਵਿਆਂ 'ਚ ਪੱਟਦੇ ਹਾਂ ਜੜ ਨਹੀਂ ਪੁਰਾਣੇ ਖੁੰਡਾਂ ਦੀ
ਨਾ ਭਾਵੇਂ ਆਉਂਦਾ ਸਾਡਾ ਨਵੇਂ ਸਮਝ ਰਹੇ ਹੋ ਹਾਂ ਨਾ ਭਾਵੇਂ ਆਉਂਦਾ ਸਾਡਾ ਨਵੇਂ ਨਵੇਂ ਹੀ ਆਪਾਂ ਹਲੇ ਜਿਹੜਾ ਗੈਪ ਪੈ ਗਿਆ ਨਾ ਉਹਨੇ ਥੋੜਾ ਨਵੇਂ ਕਰਤਾ ਜਦੋਂ ਵਿੱਚ ਤਿੰਨ ਚਾਰ ਗਾਣੇ ਹੋਰ ਛੁੱਟੇ ਹੁੰਦੇ ਫਿਰ ਪੁਰਾਣੇ ਹੋ ਜਾਣਾ ਜੀ ਆਪਾਂ ਹੁਣ ਤੇ ਪਰ ਕੋਈ ਨਾ ਗਾਣੇ ਦਾ ਨਾਮ ਹੈਗਾ ਨੇਮ ਜਿਹਨਾਂ ਨੇ ਨਹੀਂ ਸੁਣਿਆ ਪੂਰਾ ਸੁਣ ਵੀ ਲਿਓ ਘੈਂਟ ਲੱਗੇ ਤੁਹਾਨੂੰ ਤੇ ਇਦੂ ਅਗਲਾ ਗਾਣਾ ਚਲੋ ਉਹ ਹਜੇ ਠਹਿਰ ਕੇ ਕਰਦੇ ਆਪਾਂ ਉਹਦੇ ਬਾਰੇ ਗੱਲ ਤੇ ਫਿਰ ਹੁਣ ਇੰਡੀਆ ਉਂਡੀਆ ਜਾਣ ਦਾ ਕੀ ਪਲਾਨ ਹੈ ਇੰਡੀਆ ਨਹੀਂ ਹਲੇ ਕਾਸ਼ ਮੈਂ ਗਿਆ ਜਦੋਂ ਆਇਆ ਮੈਂ ਕਰੀ ਨਹੀਂ ਗਿਆ ਮੈਂ ਤਾਂ ਆਪ ਨਹੀਂ ਗਿਆ ਹੁਣ ਜਾਵਾਂਗੇ ਤੁਸੀਂ ਕਿਉਂ ਨਹੀਂ ਇਕੱਠੇ ਜਾਵਾਂਗੇ ਹੁਣ ਇਕੱਠੇ ਜਾਵਾਂਗੇ ਬਾ ਠੀਕ ਆ ਫਿਰ ਇੱਕ ਗੱਲ ਛੱਡ ਤੇ ਜਾਵਾਂ ਮੈਂ ਸੁੱਖ ਰੱਖੇ ਮੋਰਲੇ ਸਾਲ ਜਾਣਾ ਮੈਂ ਵੀ ਜਨਵਰੀ ਚ ਬਸ ਗੱਲ ਕਰ ਮੇਰੇ ਮਾਸੀ ਦਾ ਮੁੰਡਾ ਸ਼ਾਇਦ ਵਿਆਹ ਆ ਰਿਹਾ ਹੈ ਬਾਕੀ ਦੇਖੋ ਜਿਹੜੇ ਸਾਨੂੰ ਲੱਛਣ ਮੈਨੂੰ ਲੱਗਦਾ ਉੱਥੇ ਲੜ ਪੈਣਾ ਵਿਆਹ ਤੇ ਪ੍ਰਾਹੁਣਾ ਕੋਲ ਲਿਆ ਦੇਖ ਨਾ ਲਵੇ ਪਤੰਦਰ ਮੇਰੇ ਗੱਲ ਪੈ ਜੀ ਬਾਅਦ ਚੋਂ ਕੋਕ ਮੁੱਕਣ ਨਹੀਂ ਦੇਣਾ ਆਪਾਂ ਕੋਕ ਵੇ ਤਾਂ ਕਾਲ ਸਿੱਧੂ ਐਂਡ ਗੋਪੀ ਸੰਧੂ ਅਤੇ ਜਿਵੇਂ ਇੱਕ ਤੁਹਾਨੂੰ ਮੈਂ ਕੈਨੇਡਾ ਬਾਰੇ ਗੱਲ ਹੋਰ ਪੁੱਛਦਾ ਵੀ ਜਿਹੜੇ ਆਪਣੇ ਕਹਿ ਦਿੰਦੇ ਤੇ ਕੈਨੇਡਾ 'ਚ ਰਿਸੈਸ਼ਨ ਚੱਲ ਰਿਹਾ ਕੰਮ ਕੁੰਮ ਮਿਲ ਨਹੀਂ ਰਿਹਾ ਕੀ ਤੁਹਾਡਾ ਇਹਦਾ ਪੁਆਇੰਟ ਆਫ ਵਿਊ ਜੋ ਮੈਂ ਤੁਹਾਨੂੰ ਮੈਂ ਤਾਂ ਬਾਅਦ ਚੋਂ ਦੱਸਦਾ ਮੈਨੂੰ ਤੁਸੀਂ ਦੱਸੋ ਰਿਸੈਸ਼ਨ ਹੈਗਾ ਥੋੜ੍ਹਾ ਆ ਰੌਲਾ ਜ਼ਿਆਦਾ ਆ ਰੌਲਾ ਵੱਧ ਆ ਰੌਲਾ ਵੱਧ ਆਪਣੇ ਪੰਜਾਬੀ ਪਾਈ ਜਾਂਦੇ ਨਾਲੇ ਕਰੀ ਜਾਂਦੇ ਆ ਕਰੀ ਜਾਂਦੇ ਨਾਲੇ ਹੁਣ ਇੰਡੀਆ ਤੋਂ ਜਿਹੜੇ ਬੰਦੇ ਆਏ ਆ ਹੁਣ ਆਪਾਂ ਵੀ ਜਦੋਂ ਆਏ ਸੀ ਰਿਸੈਸ਼ਨ ਹੀ ਦੇਖਿਆ ਉੱਥੇ ਇੱਥੇ ਆ ਕੇ ਮਾੜਾ ਮੋਟਾ ਕਰੀ ਜਾਂਦੇ ਹਲੇ ਸਾਨੂੰ ਤਾਂ ਲੱਗਾ ਨਹੀਂ ਆਹੋ ਆਏ ਆ ਨਾ ਬ੍ਰਾਂਪਟਨ ਸਿਟੀ 'ਚ ਹੀ ਬੜੀ ਜਾਂਦੇ ਆ ਬਾਈ ਕੋਈ ਥੋੜ੍ਹਾ ਜਿਹਾ ਹੋਰ ਕਿਤੇ ਜਾਓ ਆਪਣੇ ਬੰਦੇ ਜਿੱਥੇ ਕੁ ਜਾਣ ਪਛਾਣ ਆ ਉੱਥੇ ਫਿਰ ਆਉਂਦਾ ਹਰੇਕ ਬੰਦਾ ਦੋ ਮੇਨ ਸ਼ਹਿਰ ਆ ਸਰੀ ਦੇ ਬ੍ਰੈਂਪਟਨ ਜਿਹੜਾ ਆਪਣੇ ਦੇਸੀਆਂ ਦਾ ਹੁੱਡ ਬਣ ਗਿਆ ਅਤੇ ਉੱਥੇ ਹੀ ਸਾਰੇ ਡਿੱਗਦੇ ਹਾਂ ਆਪਾਂ ਆ ਕੇ ਥੋੜ੍ਹਾ ਜਿਹਾ ਅੱਡ ਨਹੀਂ ਜਾਂਦੇ ਹੁਣ ਬ੍ਰੈਂਪਟਨ ਵਾਲੇ ਜਿਹੜੇ ਹੈਗੇ ਹੈਗੇ ਉਹ ਥੋੜ੍ਹਾ ਕਿੰਗਸਟਨ ਵਗ ਜਾਓ ਕਿਚਨਰ ਵਗ ਜਾਓ ਕੈਂਬਰੇਜ ਵਗ ਜਾਓ ਥੋੜ੍ਹਾ ਥੋੜ੍ਹਾ ਦੂਰ ਜਾਓ ਉੱਥੇ ਕੰਮ ਮਿਲਣਾ ਗਾ ਹੁਣ ਆਪਾਂ ਇੱਥੇ ਮਾਊਂਟਰੀਅਲ ਕਿਉਂ ਬੈਠੇ ਹਾਂਗੇ ਜਦੋਂ ਮੈਂ ਆਇਆ ਸੀ ਮੈਨੂੰ ਇੱਕ ਬੰਦਾ ਵੀ ਨਹੀਂ ਜਾਣਦਾ ਸੀ ਇੱਥੇ ਮਾਊਂਟਰੀਅਲ 'ਚ ਕਿਉਂਕਿ ਮੈਂ ਇੱਕ ਕਾਲਜ ਦੀ ਕੁੜੀ ਮਿਲੀ ਹੈ ਨਾ ਮੇਰੀ ਭੈਣ ਉਹ ਚਲ ਉਹਨੂੰ ਮੈਂ ਕਿਹਾ ਵੀ ਭੈਣੇ ਵੀ ਕਾਲਜ 'ਚ ਹੀ ਮਿਲੀ ਸੀਗੀ ਮਾੜਾ ਮੋਟਾ ਚਲ ਜਾਣਦੇ ਸੀ ਕਲਾਸ 'ਚ ਮੈਂ ਕਿਹਾ ਭੈਣੇ ਮੈਨੂੰ ਜਾਣਦਾ ਨਹੀਂ ਕੋਈ ਮਾਊਂਟਰੀਅਲ 'ਚ ਅਤੇ ਮੈਂ ਕਿਹਾ ਦੇਖ ਲਿਓ ਮੈਂ ਕਿਹਾ ਜੇ ਕਮਰਾ ਕੁਮਰਾ ਹੈਗਾ ਹੈ ਨਾ ਇੱਥੇ ਕਿਤੇ ਰਹਿਣ ਨੂੰ ਲੱਭ ਲਿਓ ਮੇਰੇ ਵਾਸਤੇ ਅਤੇ ਕਹਿੰਦੀ ਵੀਰੇ ਕੋਈ ਚੱਕਰ ਨਹੀਂ ਚਲੋ ਉਹਨੇ ਕਮਰੇ ਦਾ ਹੱਲ ਹੁਲ ਕਰਤਾ ਕਿਸੇ ਨੇ ਉਹ ਤਾਂ ਕੋਈ ਫਰੈਂਡ ਫਰੁੰਡ ਕੋਲ ਹੈਗੀ ਜਿਸ ਤਰ੍ਹਾਂ ਚਲੋ ਉਹਨਾਂ ਨਾਲ ਰਹਿਣ ਰੂਣ ਲੱਗ ਗਿਆ ਹੈ ਨਾ ਆਪਾਂ ਉਹ ਤੋਂ ਬਾਅਦ ਸੈਟਿੰਗ ਆਈ ਫਿਰ ਮੇਰੇ ਨਾਲ ਜੋ ਬਣਾ ਕੇ ਆ ਗਏ ਹੋਰ ਮੁੰਡੇ ਆ ਗਏ ਬਾਬਾ ਕਹਿੰਦਾ ਸਾਡੇ ਸਕੂਲ ਦੇ ਬਰਨਾਲੇ ਦੇ ਫਿਰ ਸੈਟਿੰਗ ਆ ਜਾਂਦੇ ਆ ਹੌਲੀ ਹੌਲੀ ਥੋੜ੍ਹਾ ਜਿਹਾ ਨਾ ਕੈਨੇਡਾ ਕਿਹੜਾ ਛੋਟ ਆ ਥੋੜ੍ਹਾ ਖਿਲਰਨਾ ਚਾਹੀਦਾ ਆਪਣੇ ਬੰਦਿਆਂ ਨੂੰ ਅਤੇ ਮੈਨੂੰ ਲੱਗਦਾ ਫੇਰ ਕਹਾਣੀ ਲੋਟ ਆਊਗੀ ਕਿਉਂਕਿ ਇੱਕ ਥਾਂ ਇਕੱਠੇ ਹੋ ਗਏ ਆਪਾਂ ਜ਼ਿਆਦਾ ਅਤੇ ਉਹਦੇ ਕਰਕੇ ਥੋੜ੍ਹੀ ਜਿਹੀ ਕਹਾਣੀ ਹੋ ਜੀ ਉਹੀ ਆ ਗਈ ਬਸ ਇਕੱਠੇ ਹੋ ਗਏ ਉੱਥੇ ਲੜਾਈ ਭੇੜਾ ਬਾਹਲਾ ਹੋ ਰਿਹਾ ਗਾ ਇੱਥੇ ਹੁਣ ਅਸੀਂ ਪੰਜ ਚਾਰ ਜਾਣੀ ਆਗੇ ਕੋਈ ਐਂ ਮੰਨ ਲਓ ਤੁਸੀਂ ਨਾਲੇ ਤਾਂ ਜੀਜਾ ਲੱਗਿਆ ਰਹਿੰਦਾ ਨਾਲੇ ਕੋਈ ਬੜਾ ਫਰਕ ਜਿਹਾ ਨਹੀਂ ਪੈਂਦਾ ਨਾਲੇ ਇੱਥੇ ਕੰਮਕਾਰ ਵੀ ਹੈਗਾ ਕੰਮਕਾਰ ਹਾਂ ਜਦੋਂ ਇੰਡੀਆ ਸੀਗੇ ਬਹੁਤ ਵੱਡਾ ਵਹਿਮ ਆ ਜੀ ਮਾਊਂਟਰੀਅਲ ਜਿਹੜਾ ਕੰਮ ਹੀ ਹੈ ਇੱਥੇ ਮੈਂ ਕਹਿੰਦਾ ਮੈਂ ਹੁਣ ਤੱਕ 18 ਪੀਰੀਅਡ ਤੋਂ ਉੱਤੇ ਕੰਮ ਕਰਿਆ ਗਿਆ 18 ਤੋਂ ਥੱਲੇ ਕੰਮ ਕਰੀ ਕੰਮ ਹੀ ਨਹੀਂ ਕਰਿਆ ਆਪਣੇ ਸਾਰੇ ਬੰਦਿਆਂ ਨੂੰ ਚਾਹੀਦਾ ਆ ਥੋੜ੍ਹਾ ਜਿਹਾ ਖਿਲਰਨ ਬਸ ਦਾਰੂ ਪੀ ਕੇ ਨਾ ਖਿਲ ਰਹੇ ਹੋ ਹਾਂ ਉਦਾਂ ਊਂ ਖਿਲ ਰਹੇ ਹੋ ਕੰਮ ਲਈ ਖਿਲ ਰਹੇ ਹੋ ਕੰਮ ਲਈ ਖਿਲ ਰਹੇ ਹੋ ਅਤੇ ਅਤੇ ਅੱਜ ਕੱਲ੍ਹ ਬਾਕੀ ਜਿਹੜੀਆਂ ਆਪਣੀਆਂ ਇੱਥੇ ਬ੍ਰਾਂਪਟਨ ਮਾਊਂਟਨ ਦੀਆਂ ਕੁੜੀਆਂ ਕੜੀਆਂ ਹੋ ਗਈਆਂ ਨਾ ਮੈਂ ਵੀ ਤੁਸੀਂ ਕੰਫਰਟੇਬਲ ਹੋਵੋ ਚਾਹੇ ਨਾ ਪਰ ਮੈਂ ਇਹ ਗੱਲ ਪੁੱਛਣੀ ਜ਼ਰੂਰ ਹੈ ਜਿਵੇਂ ਉੱਧਰ ਸੀਗੀਆਂ ਕੁੜੀਆਂ ਇੰਡੀਆ ਹੁੰਦੀਆਂ ਨੇ ਉਹ ਇੱਥੇ ਆ ਕੇ ਤੁਹਾਨੂੰ ਐਂ ਲੱਗਦਾ ਵੱਧ ਖੰਭ ਖਿਲਾਰਦੇ ਜਾਂ ਫਿਰ ਮੁੰਡੇ ਇੱਧਰ ਆ ਕੇ ਵੱਧ ਚਾਂਬਲਦੇ ਆ ਕੇ ਕੀ ਤੁਹਾਨੂੰ ਮੁੰਡੇ ਦੇ ਕੁੜੀਆਂ 'ਚ ਲੱਗਿਆ ਵੀ ਉਹ ਇੱਥੇ ਕਿਹੜਾ ਫਰਕ ਪੈ ਜਾਂਦਾ ਕੁੜੀਆਂ 'ਚ ਕੀ ਫਰਕ ਪੈ ਜਾਂਦਾ ਫਰਕ ਹੁਣ ਮੈਂ ਕਿੱਦਾਂ ਤੈਨੂੰ ਸਮਝਾਵਾਂ ਸਮਝਾਉਣ ਨੂੰ ਦਿਲ ਤਾਂ ਕਰਦਾ ਮੇਰਾ ਨਹੀਂ ਨਹੀਂ ਬੋਲਣਾ ਬਈ ਮੈਂ ਤਾਂ ਬੋਲੋ ਕੋਈ ਚੱਕਰ ਨਹੀਂ ਤੁਸੀਂ ਹਾਂ ਨਹੀਂ ਫਰਕ ਤਾਂ ਪੈਂਦਾ ਇੱਥੇ ਆ ਕੇ ਕਾਸ਼ ਮੈਨੂੰ ਲੱਗਦਾ ਕੋਈ ਇੱਕ ਤਾਂ ਬੱਧੋਗਿਰੀ ਨਹੀਂ ਹੈਗੀ ਕਿਸੇ ਨੇ ਪੁੱਛਣਾ ਨਹੀਂ ਕਿੱਥੇ ਆਏ ਅਤੇ ਕਿੱਥੇ ਚੱਲੇ ਆ ਠੀਕ ਨਹੀਂ ਅਤੇ ਕੁੜੀਆਂ ਨੂੰ ਜ਼ਿਆਦਾ ਫਰੀਡਮ ਮਿਲ ਜਾਂਦਾ ਇੱਥੇ ਆ ਕੇ ਮੈਨੂੰ ਲੱਗਦਾ ਮੁੰਡੇ ਤਾਂ ਚੱਲ ਉੱਥੇ ਵੀ ਘੁੰਮ ਫਿਰ ਲੈਂਦੇ ਆ ਇੱਥੇ ਫਿਰ ਐਂ ਹੁੰਦਾ ਨਾ ਜਿਵੇਂ ਕਬੂਤਰ ਨੂੰ ਪਿੰਜਰੇ 'ਚ ਕੱਢਤਾ ਥਾਂ ਥਾਂ ਜਾਂਦਾ ਗਾ ਅਤੇ ਇੱਦਾਂ ਵੀ ਸਾਰਿਆਂ ਨੂੰ ਵੀ ਨਹੀਂ ਆਪਾਂ ਇੱਕੋ ਰੱਸੇ ਬੰਨ ਸਕਦੇ ਅਤੇ ਪਰ ਕਹਾਣੀ ਜੇ ਆਪਾਂ ਹੁਣ ਅੱਜ ਦੀ ਡੇਟ 'ਚ ਸਹੀ ਗੱਲ ਕਰਨੀ ਆ ਤਾਂ ਕਹਾਣੀ ਉਲਝੀ ਆ ਜ਼ਿਆਦਾ ਕੁੜੀਆਂ ਦੀ ਜ਼ਿਆਦਾ ਉਲਝ ਗਈ ਉਹ ਗਾਣਾ ਆਇਆ ਸੀ ਪਿੱਛੇ ਜਿਹੇ ਕੁੜੀ ਦਾ ਸਿਮਰਨ ਕੁੜੀ ਹੈਗੀ ਕਹਿੰਦਾ ਮਰ ਜਾ ਡੁੱਬ ਕੇ ਜਿਸਮ ਦਿਖਾ ਕੇ ਪੈਸੇ ਕੁੱਟਦੀਆਂ ਹੁਣ ਪੈਸੇ ਤਾਂ ਅੱਡ ਹੋ ਗਏ ਫੋਲਰਾਂ ਦੀ ਚਾਕਰੀ ਬੈਠੀਆਂ ਨੇ ਡੇਢ ਕੁ ਲੱਖ ਮੇਰਾ ਹੀ ਫੋਲਡਰ ਹੈਗਾ ਅਸੀਂ ਠੁੰਕੇ ਲਾ ਕੇ ਨਹੀਂ ਲੈਤਾ ਵੀਰੇ ਗੱਲਾਂ ਕਰੀਆਂ ਹਾਸੇ ਵਾਲੀਆਂ ਕਰ ਲਈਆਂ ਮਾੜਾ ਮੋਟਾ ਕੁਛ ਹੋਰ ਕਰ ਲਿਆ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ ਅਤੇ ਆਹੀ ਕਦੇ ਕੱਪੜਾ ਕਦੇ ਤੁਰਕ ਉੱਧਰ ਨੂੰ ਭਾਅ ਜੀ ਜਿੰਮ ਦੀਆਂ ਦੂਜੇ ਲੋੜ ਦੀਆਂ ਫੋਟੋਆਂ ਪਾਈ ਜਾਣਗੀਆਂ ਬਾਕੀ ਆਪਾਂ ਕੋਈ ਮਾੜਾ ਨਹੀਂ ਕਹਿੰਦੇ ਪਰ ਚੰਗਾ ਵੀ ਤੁਹਾਨੂੰ ਕਹਿਣਾ ਬਣਦਾ ਨਹੀਂ ਠੀਕ ਹੈ ਮੈਂ ਦੱਸ ਨਾ ਇਹ ਚੀਜ਼ ਮੈਂ ਬੋਲਣੀ ਚਾਹੁੰਦਾ ਤਾਂ ਮੈਂ ਭਰਿਆ ਪਿਆ ਅੰਦਰੋਂ ਮੈਂ ਬਾਈ ਸਮਝ ਲੱਗੇ ਮੈਨੂੰ ਬੜਾ ਮੈਨੂੰ ਸ਼ਰਮ ਜੀ ਆਉਂਦੀ ਕਦੇ ਕਦੇ ਚੱਕਰ ਪਤਾ ਕੀ ਹੈਗਾ ਆਪਣੇ ਹੈ ਨਾ ਲੋਕ
ਆਪਾਂ ਵੀ ਨਹੀਂ ਇੰਨੇ ਸਿਆਣੇ ਆਪਣਾ ਜਿਹੜਾ ਕੱਦ ਨਹੀਂ ਆਪਾਂ ਕੋਈ ਵੱਡੀ ਗੱਲ ਕਰੀਏ ਮੈਂ ਉਹੀ ਗੱਲ ਆ ਇਹ ਤੋਂ ਬਾਅਦ ਜਿਵੇਂ ਆਪਾਂ ਚੰਗੀਆਂ ਗੱਲਾਂ ਕਰਕੇ ਪਾ ਦੀਆਂ ਲੋਕ ਕਹਿਣਗੇ ਇਹ ਗਿਆਨੀ ਬਣਦਾ ਗਾ ਇਹਨੂੰ ਆਪ ਤਾਂ ਐਂ ਕਰਦਾ ਫਿਰਦਾ ਪਰ ਅੱਜ ਅੱਜ ਜੇ ਆਪਾਂ ਦੇਖਦੇ ਹਾਂ ਨਾ ਸਾਰੇ ਪਾਸੇ ਆਪਣੇ ਜਿੱਦਾਂ ਤੁਸੀਂ ਕਿਸੇ ਵੀ ਯੂਟਿਊਬ ਚੈਨਲ ਦਾ ਜਾਂ ਹੋਰ ਦੇਖ ਲਓ ਜਿੱਦਾਂ ਹੁਣ ਆਪਾਂ ਬੈਠੇ ਕੋਈ ਗੱਲ ਕਰ ਰਹੇ ਹਾਂ ਨਾ ਉਹਨਾਂ ਨੇ ਕੈਪਸ਼ਨ ਉਹ ਲਿਖਣੀ ਹੈ ਵੀ ਜਿਹਦਾ ਉਸ ਗੱਲ ਨਾਲ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਹਾਂ ਵਿੱਚ ਜਦੋਂ ਉਹ ਸੁਣੀ ਦੀ ਆਪਾਂ ਤੇ ਉਹ ਤਾਂ ਮੁੱਦਾ ਹੀ ਨਹੀਂ ਹੁੰਦਾ ਉਹ ਹੋਰ ਹੀ ਗੱਲ ਵਿੱਚ ਤੁਸੀਂ ਗੁਰੂ ਘਰ ਚ ਕਿਸੇ ਕੁੜੀ ਨਾਲ ਸੁਣਿਆ ਤੁਸੀਂ ਉਹ ਵੀਡੀਓ ਹਾਂ ਉਹ ਸੁਣੀ ਸਾਰਿਆਂ ਨੇ ਹੁਣ ਉਹ ਉਹ ਜੇ ਆਪਾਂ ਉਸ ਵੀਡੀਓ ਤੇ ਆਪਾਂ ਜੇ ਗੱਲ ਕਰੀਏ ਦੋਨੇ ਜੇ ਮੰਨ ਲਓ ਮੈਂ ਕਰਾਂ ਜਾਂ ਤੁਸੀਂ ਕਰੋ ਪਹਿਲੀ ਗੱਲ ਤਾਂ ਆਪਣੇ ਬੰਦਿਆਂ ਨੂੰ ਇਹ ਪੁੱਛਣ ਵਾਲੀ ਆ ਵੀ ਜਿਹੜੀ ਆਪਣੀ ਕਮਿਊਨਿਟੀ ਹੈ ਕਿਤੇ ਯਾਰ ਪਰੌਂਠੀਆਂ ਨਹੀਂ ਲੜਨ ਵਾਲੀ ਕਮਿਊਨਿਟੀ ਹੈ ਹਾਂ ਜਿਹੜੀ ਸਿੱਖ ਕੌਮ ਆ ਇਹ ਕਿਤੇ ਪਰੌਂਠੀਆਂ ਦੇ ਪਿੱਛੇ ਲੜਨ ਵਾਲੀ ਕਮਿਊਨਿਟੀ ਆ ਉਹ ਗੱਲ ਤਾਂ ਕੁਛ ਵੀ ਨਹੀਂ ਸੀਗੀ ਗੱਲ ਕੁਛ ਨਹੀਂ ਉੱਥੇ ਮੈਂ ਯੂਟਿਊਬ ਦੇ ਵੀਡੀਓ ਦੇਖਦਾ ਕਹਿੰਦੇ ਗੁਰਦੁਆਰੇ 'ਚ ਹੋਇਆ ਕੁੜੀ ਨਾਲ ਗਲਤ ਕੰਮ ਦੇਖੋ ਹੁਣ ਉਹ ਕੈਪਸ਼ਨ ਉਦਾਂ ਦੀ ਲਿਖਦੇ ਇੰਡੀਆ ਦਾ ਮੀਡੀਆ ਵੀ ਜਿਹੜੇ ਆ ਦੋ ਚਾਰ ਪੱਤਰਕਾਰ ਉੱਥੇ ਹੈਗੇ ਆਪਣਿਆਂ ਨੂੰ ਬਹੁਤ ਗਿਆਨੀ ਬਣਦੇ ਆ ਉਹਨਾਂ ਨੇ ਵੀ ਉਸ ਮੁੱਦੇ ਨੂੰ ਚੱਕ ਕੇ ਪਤਾ ਨਹੀਂ ਕੀ ਬਣਾਦਾ ਹਾਲਾਂਕਿ ਜੇ ਹੋਰ ਵੀ ਇੱਥੇ ਸਿਆਣੇ ਬੰਦੇ ਹੈਗੇ ਆ ਅਸੀਂ ਗੁਰੂ ਘਰ ਬੈਠੇ ਸੀਗੇ ਉੱਥੇ ਵੀ ਉਹ ਉਸ ਟੌਪਿਕ 'ਤੇ ਗੱਲ ਬੰਦੇ ਕਰ ਰਹੇ ਉਹ ਕਹਿੰਦੇ ਯਾਰ ਵੀ ਜਦੋਂ ਅਸੀਂ ਦੇਖਦੇ ਹਾਂ ਉਹ ਕੋਈ ਗੱਲ ਥੋੜ੍ਹੀ ਆ ਉੱਥੇ ਬੰਦੇ ਹੈਗੇ ਆ ਯਾਰ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜੇ ਤਾਂ ਕੁਛ ਵੀ ਨਹੀਂ ਬਣਦਾ ਫਿਰ ਤੁਸੀਂ ਆਪਣੇ ਪਹਿਲਾਂ ਘਰੇ ਗੱਲ ਕਰੋ ਵੀ ਮੈਂ ਗੁਰੂ ਘਰ ਗਏ ਸੀ ਜਾਂ ਗਈ ਸੀ ਉੱਥੇ ਆਹ ਮੇਰੇ ਨਾਲ ਹੈਪਨ ਹੋਇਆ ਰਾਈਟ ਉਹ ਚੱਕ ਕੇ ਸਿੱਧਾ ਹੀ ਤੁਸੀਂ ਗੁਣੀ ਗਿਆਨੀ ਹੁਣ ਜੇ ਕੋਈ ਸਹੀ ਗੱਲ ਨੂੰ ਸਹੀ ਬੋਲਦਾ ਗਾ ਫਿਰ ਉਹਨੂੰ ਵੀ ਮਾੜਾ ਬੋਲ ਦਿਆਗੇ ਅੱਛਾ ਇਹ ਉਹਦੇ ਲਈ ਇੱਕ ਆਹ ਸ਼ੱਕ ਇਹ ਹੈਗਾ ਵੀ ਜਿੰਨੇ ਰੇਡੂਏ ਆ ਇੱਥੇ ਏਅਰ 'ਤੇ ਜਿੰਨੇ ਵੀ ਬੰਦੇ ਬੋਲਦੇ ਆ ਠੀਕ ਆ ਉਹ ਸਾਰੇ ਆਪੋ ਆਪਣਾ ਪੁਆਇੰਟ ਆਫ ਵਿਊ ਰੱਖਦੇ ਆ ਹਰੇਕ ਬੰਦੇ ਦੀ ਰਾਏ ਜਿਹੜੀ ਆ ਉਹ ਵੱਖੋ ਵੱਖਰੀ ਆ ਟੌਪਿਕ ਇੱਕ ਆ ਹਰੇਕ ਦਾ ਕਿਸੇ ਦਾ ਕੁਛ ਕਹਿੰਦਾ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਆਪੋ ਆਪਣਾ ਢੰਡੋਰਾ ਪਿੱਟਣ 'ਤੇ ਲੱਗੇ ਹੋਏ ਆ ਉਹਨੂੰ ਐਂ ਹੁੰਦਾ ਅਕਲ ਦੀ ਗੱਲ ਤਾਂ ਕਿਸੇ ਨੇ ਕੀਤੀ ਹਾਂ ਆਪਾਂ ਸਹੀ ਉਸ ਮੁੱਦੇ 'ਤੇ ਅਕਲ ਦੀ ਗੱਲ ਕਿਸੇ ਬੰਦੇ ਨੇ ਨਹੀਂ ਕੀਤੀ ਬਸ ਇਸ ਕਰਕੇ ਇਹ ਆਪਾਂ ਵੀ ਉਹੀ ਗੱਲ ਕਰਦੇ ਵਾਰ ਵਾਰ ਗਲਤੀ ਹਰੇਕ ਤੋਂ ਹੀ ਹੁੰਦੀ ਆਪਣੇ ਤੋਂ ਵੀ ਹੁੰਦੀਆਂ ਪਰ ਥੋੜ੍ਹਾ ਜਿਹਾ ਆਪਣੇ ਬੰਦਿਆਂ ਨੂੰ ਨਾ ਜਿਹੜੇ ਆ ਚੱਕ ਕੇ ਸੋਸ਼ਲ ਮੀਡੀਆ 'ਤੇ ਤੁਰ ਪੈਂਦੇ ਆ ਇਹ ਥੋੜ੍ਹਾ ਜਿਹਾ ਇਹਨਾਂ ਨੂੰ ਦਿਮਾਗ ਨਾ ਥੋੜ੍ਹਾ ਜਿਹਾ ਤੇਲ ਤੂਲ ਪਾਇਆ ਕਰਨ ਸਿਰ 'ਚ ਵੀ ਉਹ ਨਾ ਬਈ ਕੀ ਰੁਪਈਏ ਇਹੋ ਜਿਹਾ ਕਮਾਈ ਦਾ ਵੀ ਕੀ ਫਾਇਦਾ ਗਾ ਚਲ ਮੰਨਿਆ ਰੁਪਈਏ ਆ ਜਾਂਦੇ ਹਨਾ ਚਾਰ ਇਸ ਕਰਕੇ ਇਹ ਚੀਜ਼ਾਂ ਨਾ ਆਪਣੇ ਬੰਦਿਆਂ ਨੂੰ ਬਹੁਤ ਸੋਚਣ ਦੀ ਲੋੜ ਆ ਇੱਥੇ ਉੱਦਾਂ ਤਾਂ ਹੁਣ ਆਪਾਂ ਚਲੋ ਹੋਰ ਪਾਸੇ ਵੀ ਨਹੀਂ ਲਿਜਾਣਾ ਚਾਹੁੰਦਾ ਮੈਂ ਗੱਲ ਉੱਦਾਂ ਤਾਂ ਆਪਾਂ ਕਈ ਕੁਛ ਕਰਦੇ ਹਾਂ ਇੱਥੇ ਉੱਦਾਂ ਤਾਂ ਆਪਾਂ ਐਂ ਕਰਦੇ ਐਂ ਕਰ ਦਾਂਗੇ ਜਿਉਂ ਕਰਦੇ ਇਕੱਠੇ ਆਪਾਂ ਰਹਿ ਨਹੀਂ ਸਕਦੇ ਇੱਕ ਦੂਜੇ ਨੂੰ ਹੁਣ ਦੇਖ ਕੇ ਇੱਥੇ ਆਪਾਂ ਮੱਥੇ ਵੱਟ ਪੈ ਜਾਂਦਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਅਸੀਂ ਨਾ ਬਈ ਸਾਡੇ ਕੋਲ ਦੂਜੀ ਗੱਡੀ ਹੈ ਨਾ ਰੈਪ ਜਿਹਾ ਕਰਾਇਆ ਪਿਆ ਉਹਨਾਂ ਵਧੀਆ ਬਾਜ ਬੂਜ ਐਗਜ਼ੌਸਟ ਪਵਾਏ ਹੋਏ ਹੈਗੇ ਜਦੋਂ ਕਿਤੇ ਲੰਘਦੇ ਹਾਂ ਗੋਰਾ ਕਾਲਾ ਕਹਿੰਦਾ ਗਾ ਨਾਈਸ ਕਾਰ ਵੈਰੀ ਨਾਈਸ ਕਾਰ ਜੇ ਉਹ ਕਰਦੇ ਆ ਆਪਣੇ ਵਾਲੇ ਦੇਖ ਕੇ ਦੇਖ ਕਿਵੇਂ ਜਾਂਦਾ ਉਹ ਨੱਕ ਚੜਾਉਂਦੇ ਆ ਵੀ ਸਾਡੇ ਕੋਲ ਬੜੀ ਤਕੜੀ ਗੱਡੀ ਆ ਗੋਰੇ ਕੋਲ ਮੈਂ ਦੇਖੀ ਉਹਦੇ ਕੋਲ ਪੋਰਚ ਸੀਗੀ ਇੱਕ ਕੋਲ ਅਤੇ ਇੱਕ ਇੱਥੇ ਪਲਾਜ਼ਾ ਮੈਨੂੰ ਪਤਾ ਨਹੀਂ ਸੀ ਉਹ ਫਰਾਜੀ ਲਈ ਖੜਾ ਹੁਣ ਇਹ ਐਮਿਨੀ ਰੋਡ ਰਿਹਾ ਮੈਂ ਪੱਕੀ ਗੱਲ ਆ ਅਤੇ ਉਹ ਫਰਾਜੀ ਲਈ ਖੜਾ ਮੈਂ ਦੇਖਿਆ ਬਈ ਉਹਨੂੰ ਉਹ ਬਈ ਅੱਡ ਖੜਾ ਸੀ ਗੱਡੀ ਦੂਰ ਖੜੀ ਸੀਗੀ ਮੈਂ ਬਈ ਗੱਡੀ ਜਾ ਕੇ ਲੰਘਿਆ ਮੈਂ ਤਾਂ ਉਹੀ ਰੇਸ ਦਿੰਦੀ ਆ ਤਾਂ ਮੈਂ ਐਂ ਰੇਸ ਦਿੰਦਾ ਜਾਂਦਾ ਸੀਗਾ ਮੈਨੂੰ ਕਹਿੰਦਾ ਬਰੋ ਐਂ ਕਰਕੇ ਉਹਨੂੰ ਐਂ ਕਰਤਾ ਮੈਂ ਐਂ ਜੇ ਕਰਤਾ ਬਾਈ ਨਾ ਐਂ ਜੇ ਕਰਿਆ ਸੀ ਵੀ ਠੀਕ ਆ ਬਈ ਧੰਨਵਾਦ ਅਤੇ ਉਹ ਬਈ ਗਾਹਾਂ ਜਾ ਕੇ ਪਾ ਉਹ 'ਚ ਬਹਿ ਗਿਆ ਫਰਾਰੀ 'ਚ ਬਹਿ ਗਿਆ ਤੇਰੀ ਭੈਣ ਨੂੰ ਠੀਕ ਹੈ ਮੈਂ ਗਿਆ ਹੁਣ ਇਹੀ ਜੇ ਗੋਰ ਉਹ ਆਪਣਾ ਪੰਜਾਬੀ ਹੁੰਦਾ ਉਹਨੇ ਹੀ ਕਰਨਾ ਜੀ ਮੂਰਤੀ ਕੱਢਣੀ ਸੀ ਲੈ ਮੇਰੇ ਕੋਲ ਮਾੜੀ ਹੈਗੀ ਇਹ ਜਲਸੀ ਫੈਕਟਰ ਅਤੇ ਇੱਕ ਅਕਲ ਦਾ ਘੜਾ ਵੀ ਮੇਰੇ ਕੋਲ ਹੀ ਆ ਮੇਰੇ ਕੋਲ ਹੀ ਉਹੀ ਚੀਜ਼ਾਂ ਇਹ ਚੀਜ਼ਾਂ ਮੈਂ ਤਾਂ ਬਈ ਤੁਸੀਂ ਮੈਂ ਇੱਕ ਗੱਲ ਹੋਰ ਦੇਖਦਾ ਆਪਾਂ ਕਿਸੇ ਨੂੰ ਸਲਾਹ ਦੇਵਾਂਗੇ ਨਾ ਆਪਾਂ ਮਾੜੇ ਬਾਜੇ ਮੈਂ ਤਾਂ ਸਾਰਿਆਂ ਨੂੰ ਵੀ ਕਹਿ ਦਿੰਦਾ ਤੁਸੀਂ ਠੀਕ ਹੋ ਵੀਰੇ ਹੁਣ ਵੀ ਜਿਹੜੇ ਦੇਖ ਰਹੇ ਹੋ ਜਿਹਨਾਂ ਨੂੰ ਮਾੜਾ ਲੱਗ ਰਿਹਾ ਤੁਸੀਂ ਬਾਹਲੇ ਸਹੀ ਹੋ ਵੀਰੇ ਬਸ ਚੈਨਲ ਸਬਸਕ੍ਰਾਈਬ ਕਰ ਲਓ ਫਿਰ ਤਾਂ ਬਾਹਲੀ ਵਧੀਆ ਹੋ ਜਾਓਗੇ ਤਾਂ ਬਾਈ ਇੰਨੀ ਗੱਲ ਹੈ ਬਾਕੀ ਆਪਣਾ ਸਲਾਹ ਤਾਂ ਨਹੀਂ ਬੰਦ ਕਰੀ ਹੋਈ ਆ ਬਾਈ ਚਲੋ ਖੈਰ ਇਹ ਥੋੜ੍ਹਾ ਸੀਰੀਅਸ ਗੱਲ ਹੋ ਗਈ ਸੀਗੀ ਸੀਰੀਅਸ ਗੱਲ ਤੋਂ ਬਾਅਦ ਮੈਂ ਫਿਰ ਹੁਣ ਜਿਵੇਂ ਆਪਣਾ ਬਲੌਗ ਹੈਗਾ ਆਪਾਂ ਵੀਡੀਓ ਪਾ ਰਹੇ ਹਾਂ ਬਲੌਗ ਪਾ ਰਹੇ ਹਾਂ ਮੈਂ ਅੱਜ ਤੱਕ ਸਹੀ ਕੈਪਸ਼ਨ ਪਾਏ ਆ ਕਦੇ ਐਂ ਲਿਖਿਆ ਵੀ ਇਹ 'ਚ ਆਏ ਹਾਂ ਇਹ 'ਚ ਆਏ ਹਾਂ ਮੈਨੂੰ ਪਤਾ ਜਿੱਥੇ ਮੈਂ ਥੋੜ੍ਹੀ ਨੰਗੀ ਜਿਹੀ ਕੁੜੀ ਦੀ ਫੋਟੋ ਪਾ ਦਈ ਚਲ ਕਈ ਖੋਚ ਰਹੇ ਵਕੀ ਬੋਲੀ ਜਾਂਦੇ ਵੀਰੇ ਸੱਚ ਤਾਂ ਸੱਚ ਹੀ ਹੁੰਦਾ ਗਾ ਹੈ ਨਾ ਅੱਧ ਨੰਗੀ ਜਿਹੀ ਕੱਪੜੇ ਦੀ ਬਹੁਤ ਲੋਕ ਪਾਉਂਦੇ ਆ ਤਾਂ ਵੀਡੀਓ ਐਂ ਚਲਾਉਂਦੇ ਹੈਗੇ ਆਪਾਂ ਉਹਨੂੰ ਚੱਲੇ ਨਾ ਚੱਲੇ ਉਹਦਾ ਕੋਈ ਮਤਲਬ ਨਹੀਂ ਹੈਗਾ ਹੈ ਨਾ ਬਸ ਹੁਣ ਆ ਸਿੱਧੂ ਮੂਸੇ ਵਾਲੇ ਨੂੰ ਕਿਹੜੇ ਸੀ ਰੱਖਦੇ ਹੈਗੇ ਉਹ ਵਿਚਾਰਾ ਯਾਰ ਕਿਰਿਆ ਫਿਰ ਵੀ ਲੋਕ ਜਾਣ ਕੇ ਉਹਦਾ ਕੈਪਸ਼ਨ ਪਾ ਦੇਣਗੇ ਉਹਦੀ ਕੋਈ ਗੱਲ ਵੀ ਨਹੀਂ ਹੁੰਦੀ ਵਿੱਚ ਵੀ ਚਲ ਉਹ ਕਰ ਲੈਂਦੇ ਹੈਗੇ ਕਹਾਣੀ ਇਹ ਵੀ ਗੱਲ ਤੇਰੀ ਕਾਜ ਸਹੀ ਆ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਉਹਦੇ ਨਾਂ ਪਿੱਛੇ ਕੀ ਕੁਛ ਚੱਲਣ ਡਿਆ ਹਾਲਾਂਕਿ ਜਿਹੜੇ ਉਹਦੇ ਬੰਦੇ ਨਾਲ ਬਹਿੰਦੇ ਉੱਠਦੇ ਆ ਉਹ ਕੋਈ ਗੱਲ ਕੁਛ ਨਹੀਂ ਬੋਲਦੇ ਇੱਕ ਮੈਨੂੰ ਪਤਾ ਨਹੀਂ
ਹਰਮਨ ਦੋ ਮੁੰਡੇ ਲਾਈਵ ਹੋਏ ਸੀ, ਇੱਕ ਦੀਪਿੰਦਰ ਹੈਗਾ, ਇੱਕ ਹੋਰ ਸੀਗਾ ਪਰ ਆਜਾ ਜਵਾਕ ਜਾਂ ਮੂਸੇ ਲਾਉਂਦਾ ਥਾਪੀ ਮਾਰਦਾ ਹੁੰਦਾ ਸੀਗਾ, ਉਹ ਦੋ ਮੁੰਡੇ ਲਾਈਵ ਹੋਏ ਸੀਗੇ ਤੇ ਉਹਨਾਂ ਚੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਹਦਾ ਜਵਾਕ ਸੀਗਾ, ਉਹ 24 ਘੰਟੇ ਸਿੱਧੂ ਦੇ ਨਾਲ ਰਹਿੰਦਾ ਸੀਗਾ, ਉਹਨੇ ਨੀ ਕਦੇ ਕੁਛ ਬੋਲਿਆ। ਮੈਂ ਤੁਹਾਨੂੰ ਉਹੀ ਗੱਲ ਮੈਂ ਕਹਿ ਕਰਦਾ, ਜਿਹੜੇ ਬੰਦੇ ਤਾਂ ਉਹਦੇ ਚਲੋ ਸੱਜੇ ਖੱਬੇ ਰਹਿੰਦੇ ਸੀ, ਉਹਨਾਂ ਚੋਂ ਬੰਦਾ ਕੋਈ ਗੱਲ ਕਰੇ ਠੀਕ ਹੈ, ਉਹ ਤਾਂ ਕੋਈ ਸੈਂਸ ਮੇਕ ਕਰਦੀ ਹੈ ਹਨਾ। ਹੁਣ ਮੈਂ ਚਲੋ ਐਡਾ ਆਪਣਾ ਕੱਦ ਨਹੀਂ ਹੈਗਾ ਸੀ ਉਸ ਬੰਦੇ ਬਾਰੇ ਕੋਈ ਟਿੱਪਣੀ ਕਰੀਏ, ਤੁਸੀਂ ਮੈਂ ਤੁਹਾਨੂੰ ਆਪਣੇ ਫੋਨ 'ਚ ਰਿਕਾਰਡਿੰਗਾਂ ਸੁਣਾਈਆਂ। ਹਾਂ ਆਹ ਹੁਣ ਬਾਈ ਦੀ ਗੱਲ, ਇਹਨਾਂ ਦੀ ਵੀ ਗਾਈ, ਹੁਣ ਤੁਸੀਂ ਫਿਰ ਦੂਜੇ ਰੋਟਰ ਨਾਲ ਲੈ ਜਾਓ ਹੁਣ ਵੀ ਇੱਥੇ। ਅਤੇ ਹੁਣ ਅਸੀਂ ਪਾਉਣ ਨੂੰ ਨਾ ਪਹਿਲਾਂ, ਕਿਉਂਕਿ ਲੋਕਾਂ ਨੇ ਮੈਂ ਇੱਕ ਉਹ ਦੇਖਿਆ ਜਦੋਂ ਬਾਈ ਡੈਥ ਹੋਈ ਸੀ ਨਾ, ਇੱਕ ਸਿਮਰਨ ਕੁੜੀ ਉਹਦੇ ਗਾਣੇ ਸੋਹਣੇ ਆ, ਪਤਾ ਨਹੀਂ ਕਿਸੇ ਹੋਰ ਤੋਂ, ਪਤਾ ਨਹੀਂ ਕਿਸੇ ਤੋਂ ਹੋਰ ਤੋਂ, 3-4 ਬੰਦਿਆਂ ਨਾਲ ਉਹਦੀਆਂ ਰਿਕਾਰਡਿੰਗਾਂ ਲੀਕ ਹੋਈਆਂ ਤਾਂ ਜੋ ਉਹ ਚਰਚਾ 'ਚ ਆ ਸਕਣ ਵੀ ਇਹਦੇ ਨਾਲ ਗਾਣੇ ਆ ਰਹੇ ਹੈਗੇ ਹੈ ਨਾ। ਸਿੱਧੂ ਬਾਈ ਉਹੀ ਦੱਸਦਾ ਵੀ ਹੁਣ ਜਿਵੇਂ ਮੈਂ ਸਰੀ ਮਿਲਿਆ ਸੀ ਵੀਰੇ ਨੂੰ, ਅਤੇ ਮੈਨੂੰ ਲੱਗਦਾ ਉਦੋਂ ਸ਼ੂਟ ਚੱਲਦਾ ਸੀ ਯੈਸ ਆਈ ਐਮ ਸਟੂਡੈਂਟ ਦਾ। ਅੱਛਾ, ਅਤੇ ਉਦੋਂ ਗੱਲਬਾਤ ਹੋ ਗਈ ਅਤੇ ਰਿਕਾਰਡਿੰਗਾਂ ਮੈਂ ਤੁਹਾਨੂੰ ਸੁਣਾ ਦਿੱਤੀਆਂ ਫੋਨ 'ਚ, ਇਹ ਮੇਰੀ ਆਪਦੀ ਪ੍ਰੋਪਰਟੀ ਆ, ਮੇਰੇ ਲਈ ਉਹਨੇ ਕੀ ਲਫ਼ਜ਼ ਕਹੇ ਰਾਈਟ, ਅਤੇ ਵੀ ਉਹ ਮੇਰੇ ਲਈ ਹੈਗੇ ਆ, ਉਹ ਮੈਂ ਕਿਤੇ ਇੱਦਾਂ ਨਹੀਂ ਵੀ ਆਪਣੇ ਲਈ ਮੈਂ ਯੂਜ਼ ਕਰ ਰਿਹਾ ਕਿਤੇ, ਪਰ ਉਹ ਹੋਰ ਹਸਤੀ ਸੀਗਾ, ਹੋਰ ਉਹਦਾ ਲੈਵਲ ਸੀ ਬੰਦੇ ਦਾ ਠੀਕ ਹੈ ਨਾ, ਅਤੇ ਨਾ ਉਹਨੂੰ ਕੋਈ ਰਿਪਲੇਸ ਕਰ ਸਕਦਾ ਆ। ਅਤੇ ਪਰ ਇਹ ਹੈ ਵੀ ਇੰਨਾ ਕੀ ਆਪਾਂ ਕਹਿ ਸਕਦੇ ਹਾਂ ਉਸ ਬੰਦੇ ਬਾਰੇ ਵੀ ਸਾਡੀ ਕਮਿਊਨਿਟੀ ਤੋਂ ਬੰਦਾ ਸਾਹਮਣੇ ਆ, ਮਾਨਸਾ ਤੈਨੂੰ ਸਾਹਮਣੇ, ਮੈਂ ਬੜੀ ਲਾਹਨਤਾਂ ਪਾਈਆਂ, ਸਾਡਾ ਆਪਦਾ ਇਲਾਕਾ ਗਾ, ਮੈਂ ਤਾਂ ਉੱਧਰ ਵੀ ਚਲੋ 2-3 ਸਾਲ ਪਹਿਲਾਂ ਉਹਨੇ ਕਚਹਿਲਾ ਕਹਿਤਾ ਸੀਗਾ, ਕਹਿੰਦਾ ਤੁਹਾਨੂੰ ਜੱਟ ਇੱਥੇ ਦੇਖ ਰਿਹਾ ਹੈਗਾ, ਮੈਂ ਤਾਂ 2 ਸਾਲਾਂ ਬਾਅਦ ਤੁਹਾਨੂੰ ਕਚਹਿਲਾ ਵੀ ਦੇਖਾਂਗੇ, ਉਹ ਦਿਨ ਦੂਰ ਨਹੀਂ ਜਦੋਂ ਕਚਹਿਲਾ ਵਿੱਚ ਹੋਵਾਂਗੇ। ਹਾਂ, ਦਲਜੀਤ ਦੇਖ ਲਾ ਕੇ ਹੁਣ ਲੱਗਿਆ ਹੋਇਆ, ਹੁਣ ਆ ਗਿਆ ਪੂਰੇ। ਉਹੀ ਮੈਂ ਗੱਲ ਕਰਦਾ ਵੀ ਇਹ ਆਪਣੀ ਕਮਿਊਨਿਟੀ ਨੂੰ, ਚਲੋ ਜੋ ਲੰਘ ਗਿਆ ਸਮਾਂ ਲੰਘ ਗਿਆ, ਪਰ ਗਾਂ ਵੀ ਜੇ ਕੋਈ ਬੰਦਾ ਲੱਗਦਾ ਨਾ ਵੀ ਯਾਰ ਇਹ ਸਾਡੇ ਹੱਕ ਹਕੂਕ ਦੀ ਗੱਲ ਕਰਦਾ, ਤੇ ਉਹਦੇ ਲਈ ਖੜਨਾ ਚਾਹੀਦਾ। ਪਹਿਲਾਂ ਦੀਪਕ ਬਾਇਆ, ਹਾਂ ਸਿੱਧੂ, ਖੈਰ ਇਹਨੂੰ ਛੱਡ ਬਈ, ਹੁਣ ਮੇਰਾ ਫਿਰ ਮੈਂ ਜ਼ਿਆਦਾ ਫਿਰ ਮੇਰਾ ਪਿਆਰ ਜਾਗ ਪੈਂਦਾ, ਮੈਂ ਕੁਛ ਹੋਰ ਬੋਲ ਪੈਣਾ। ਅਤੇ ਹੋਰ ਦੱਸੋ ਬਈ ਕਿਵੇਂ ਚੱਲਦੀ ਜ਼ਿੰਦਗੀ, ਕੋਈ ਦੁੱਖ ਤਕਲੀਫ ਜ਼ਿੰਦਗੀ? ਕਾਸ਼ ਦੁੱਖ ਤਕਲੀਫ ਦੂਰ ਰਹਿਣ, ਤੇਰੇ ਤੋਂ ਵੀ ਦੂਰ ਰਹਿਣ, ਮੇਰੇ ਤੋਂ ਤਾਂ ਬਸ ਨਾਲ ਹੀ ਹੁਣ, ਬਸ ਇਹੀ ਆ ਵੀ ਮੇਨ ਆਪਾਂ ਖੰਡਾ ਖੜਕਾਉਣਾ ਹੁਣ ਠੋਕ ਕੇ ਐਨ, ਅਤੇ ਗਾਣੇ ਮੈਂ ਤੈਨੂੰ ਸੁਣਾ ਨਹੀਂ ਦਿੱਤੇ ਆ, ਅਤੇ ਐਨ ਖਿੱਚ ਦੇਣਾ ਕੰਮ ਆਪਾਂ, ਮੈਂ ਖਿੱਚਿਆ ਬਾਈ ਦੀ ਆਈਡੀ ਵੀ ਗੋਪੀ ਸੰਧੂ ਨਾਂ ਦੇ ਬਾਈ ਦੀ ਆਈਡੀ ਆ, ਉੱਧਰ ਵੀ ਇੰਸਟਾ 'ਤੇ ਫੋਲੋ ਕਰ ਲਿਓ, ਹੁਣ ਗਾਣੇ ਦੇਖੀ ਚੱਲਿਓ, ਘੈਂਟ ਹੀ ਆਉਣੇ ਆ। ਅਤੇ ਯੂਟਿਊਬ 'ਤੇ ਤੁਸੀਂ ਨੇਮ ਗਾਣਾ ਪਿੱਛੇ ਆਇਆ ਸੀਗਾ, ਉਹ ਵੀ ਦੇਖ ਲਿਓ, ਅਤੇ ਹੋ ਸਕਦਾ ਵੀ ਜਿਹੜਾ ਬਾਈ ਦਾ ਹੁਣ ਅਗਲੇ ਗਾਣੇ ਆਉਣੇ ਆਗੇ ਉਹਨਾਂ 'ਚੋਂ ਇੱਕ ਦੋ ਗਾਣੇ ਆ ਜਿਹੜਾ ਤੁਸੀਂ ਚੈਨਲ 'ਤੇ ਵੀਡੀਓ ਦੇਖ ਰਹੇ ਹੋ, ਇਹ 'ਤੇ ਹੀ ਆ ਜਾਣ। ਅਤੇ ਬਾਕੀ ਚਲ ਉਹ ਗੱਲ ਤਾਂ ਪੁੱਛਣੀ ਨਹੀਂ, ਮੇਰੇ ਕੋਈ ਹੋਰ ਥੋਟ ਆ ਗਿਆ ਸੀ ਲੁੱਚਾ ਜਿਹਾ, ਲੋਕ ਕਹਿਣਗੇ ਵੀ ਪਹਿਲਾਂ ਹੋਰ ਗੱਲ ਕਰਦੇ ਸੀ ਹੁਣ ਹੋਰ ਆ ਗਿਆ, ਬਾਈ ਕੀ ਕਰੀਏ, ਦਿਮਾਗ ਨਿੱਕਾ ਹੈ ਦਿਮਾਗ ਹੈ ਮੇਰੇ, ਉਹ ਕਰਵਾ ਕਿਹੜਾ ਥੋੜ੍ਹਾ ਇੱਧਰ ਹੋ ਜਾਂਦਾ, ਕਿਹੜਾ ਥੋੜ੍ਹਾ ਉੱਧਰ ਹੋ ਜਾਂਦਾ ਗਾ। ਅਤੇ ਚੈਨਲ ਦਾ ਤੁਹਾਨੂੰ ਪਤਾ ਹੀ ਆ, ਹੁਣ ਖਿੱਚ ਲਓ ਕੰਮ ਇੱਧਰੋਂ ਵੀ। ਅਤੇ ਇੱਕ ਜਿਹੜਾ ਤੁਹਾਡਾ ਉਹ ਗਾਣਾ ਸੀ ਨਾ ਬਈ, ਕਿ ਤੈਨੂੰ ਪਤਾ ਸਾਡੇ ਨਾਲ ਕੌਣ ਕੌਣ ਹੁੰਦਾ ਹੈ, ਅਤੇ ਉਹਦਾ ਮੈਨੂੰ ਦੱਸੋ ਮਾੜਾ ਜਿਹਾ ਬਈ ਕੌਣ ਕੌਣ ਹੁੰਦਾ ਹੈ। ਇੱਕ ਤਾਂ ਨਾਲ ਹੀ ਬੈਠਾ ਹੈ, ਇੱਕ ਤਾਂ ਨਾਲ ਹੀ ਬੈਠਾ ਹੈ, ਤੈਨੂੰ ਪਤਾ ਸਾਡੇ ਨਾਲ, ਇੱਕ ਸਾਹਮਣੇ ਬੈਠਾ ਬੈਠਾ ਭਰਾ ਸਾਡਾ ਜੋਬਨ, ਠੀਕ ਹੈ, ਤੈਨੂੰ ਪਤਾ ਸਾਡੇ ਨਾਲ ਕੌਣ ਕੌਣ ਹੁੰਦਾ। ਹਾਂ, ਉਹ 'ਚ ਮੈਂ ਗੱਲ ਇੱਕ ਲਿਖੀ ਸੀਗੀ ਵੀ ਆਕੜਾਂ ਨੂੰ ਭੰਨਿਆ ਮੈਂ ਪਹਿਲੇ ਦਿਨ ਤੋਂ, ਸੁਣੀਆਂ ਮੈਂ ਅਣਖੀ ਵਾਰਾਂ ਨੇ, ਤੈਨੂੰ ਪਤਾ ਸਾਡੇ ਨਾਲ ਕੌਣ ਕੌਣ ਹੁੰਦਾ, ਸਿਰਾ ਲਾ ਦੇਣਾ ਮੇਰੇ ਯਾਰ, ਸਿਰਾ ਲਾ ਦੇਣਾ ਮੇਰੇ ਯਾਰ ਆਣੇ, ਉਹ ਵੀ ਗਾਣਾ ਮੈਨੂੰ ਲੱਗਦਾ ਕਾਫੀ ਪਸੰਦ ਆਇਆ, ਸੁਣਿਆ ਹੋਊਗਾ ਲੋਕਾਂ ਨੇ। ਹਾਂ, ਤੇ ਬਾਕੀ ਇੱਕ ਤੁਹਾਨੂੰ ਮੈਂ ਹੋਰ ਪੁੱਛਣਾ ਚਾਹੁੰਦਾ ਸੀਗਾ, ਜਿਵੇਂ ਤੁਸੀਂ ਕਈਆਂ ਨੂੰ, ਜਿਨ੍ਹਾਂ ਨੂੰ ਗਾਣੇ ਦਿੱਤੇ ਹੈਗੇ ਹੈ ਨਾ, ਕਈਆਂ ਨੂੰ ਦਿੱਤੇ ਹੈਗੇ, ਉਹਨਾਂ 'ਚੋਂ ਤੁਸੀਂ ਮੰਨ ਲਓ ਜਿੱਦਾਂ ਹੁਣ ਤੁਹਾਡੇ ਗਾਣੇ ਆਉਂਦੇ ਆ ਵਧੀਆ ਸਪੋਰਟ ਸਪਾਟ ਕਰਦੇ ਆ ਉਹ, ਕਿ ਥੋੜ੍ਹਾ ਜਿਹਾ ਘੱਟ ਸਾਰੀ ਗਾਸ਼ ਆਪਾਂ ਉਹਦੇ ਬਾਰੇ ਗੱਲ ਆਪਾਂ ਸਪੋਰਟ ਹੀ ਸਪੋਰਟ ਮੰਨ ਕੇ ਚੱਲੀਦਾ, ਠੀਕ ਹੈ, ਠੀਕ ਨੇ। ਮੈਂ ਕਿਹਾ ਬਾਈ ਕਈ ਗੱਲਾਂ ਘੋ ਰਿਹਾ ਹੈਗਾ, ਇਸ ਮਾਰ ਕੇ ਦੱਸ ਨਹੀਂ ਰਿਹਾ, ਨਹੀਂ ਨਹੀਂ ਸਪੋਰਟ ਹੀ ਆ ਬਸ, ਪਤਾ ਕੀ ਚੱਕਰ ਆ, ਦੁਨੀਆਂ ਨੂੰ ਪਤਾ ਹੀ ਹੁੰਦਾ, ਜਿਹੜੇ ਮੇਰੇ ਨਾਲ ਖੜੇ ਆ ਉਹ ਮੈਨੂੰ ਪਤਾ ਆ, ਠੀਕ ਨੇ, ਜਿਹੜੇ ਨਹੀਂ ਵੀ ਖੜੇ ਮੈਨੂੰ ਉਹ ਵੀ ਪਤਾ ਆ, ਅਤੇ ਇਸ ਕਰਕੇ ਬਸ ਆਪਾਂ ਕੰਮ 'ਤੇ ਫੋਕਸ ਕਰੀਏ, ਅਤੇ ਜਿੱਦਣ ਖੰਡਾ ਪਰਮਾਤਮਾ ਨੇ ਖੜਕਾ ਤਾ ਨਾ, ਕਈ ਵਾਰ ਨਾ ਆਪਾਂ
ਸੱਚੀਆਂ ਗੱਲਾਂ ਬੋਲ ਦਿੰਦੇ ਹਾਂ ਫਿਰ ਕਈ ਗੱਲ ਦਾ ਕੋਈ ਹੋਰ ਗੱਲ ਬਣ ਜਾਂਦੀ ਹੈ ਹੋਰ ਬਣ ਜਾਂਦੀ ਕਿਉਂਕਿ ਜਿੰਨਾ ਗੱਲ ਪਤਾ ਕੀ ਹੈ ਇੱਕ ਮੈਂ ਗੱਲ ਕਾਸ਼ ਤੈਨੂੰ ਕਹਿੰਦਾ ਵੀ ਦੁਨੀਆਂ ਨਾ ਜਿਹੜੀ ਉਹ ਹਮੇਸ਼ਾ ਨਤੀਜੇ ਨੂੰ ਸਲਾਮ ਕਰਦੀ ਹੈ ਕੋਸ਼ਿਸ਼ ਨੂੰ ਕੋਈ ਸਲਾਮ ਨਹੀਂ ਕਰਦਾ ਨਤੀਜੇ ਨੂੰ ਸਲਾਮ ਹੁੰਦੀ ਹੈ ਜਿੰਨਾ ਚਿਰ ਨਤੀਜਾ ਨਹੀਂ ਆਉਂਦਾ ਉਨਾ ਚਿਰ ਤੁਹਾਡੇ 'ਚ ਜਿਹੜਾ ਪੇਸ਼ੈਂਸ ਲੈਵਲ ਹੈ ਉਹ ਬਹੁਤ ਹਾਈ ਹੋਣਾ ਚਾਹੀਦਾ ਅਤੇ ਉਹ ਆਪਣੇ 'ਚ ਹੈਗਾ ਬਿਲਕੁਲ ਮੈਂ ਬਹੁਤ ਸੁਣਦਾ ਵੀ ਹਾਂ ਗੱਲਾਂ ਅਤੇ ਮੈਨੂੰ ਸੁਣਨੀ ਵੀ ਪੈਂਦੀ ਹੈ ਠੀਕ ਹੈ ਪਰ ਜਿੱਦਣ ਨਤੀਜਾ ਆ ਗਿਆ ਫਿਰ ਅਸੀਂ ਉਹਨਾਂ ਦਾ ਪੇਸ਼ੈਂਸ ਲੈਵਲ ਚੈੱਕ ਕਰਾਂਗੇ ਹਾਂ ਹੁਣ ਤੁਹਾਡੇ 'ਚ ਕਿੰਨਾ ਕੁ ਸਬਰ ਹੈ ਚੈੱਕ ਕਰੋ ਠੀਕ ਹੈ ਠੀਕ ਹੈ ਮੈਂ ਸਮਝ ਰਿਹਾ ਹਾਂ ਕਿੱਧਰੋਂ ਕਿੱਧਰ ਜਾ ਰਹੀਆਂ ਗੱਲਾਂ ਜੇ ਨਹੀਂ ਸਮਝ ਰਹੇ ਤਾਂ ਕੋਈ ਚੱਕਰ ਨਹੀਂ ਜਿੱਦਣ ਮੈਂ ਭਖਿਆ ਪਿਆ ਹੋਇਆ ਅਤੇ ਕੋਕ ਦੇ ਨਾਲ ਕੁਛ ਹੋਰ ਅੰਦਰ ਨਿਕਲਿਆ ਹੋਇਆ ਫਿਰ ਮੈਂ ਸੁਣਾਉਂਗਾ ਕੋਕ ਵਿਦ ਆਕਾਸ਼ ਕੋਕ ਵਿਦ ਆਕਾਸ਼ ਐਂਡ ਵਿਦ ਸਮ ਆਈਸ ਆਈਸ ਉਹਦੇ ਤੁਹਾਨੂੰ ਦੱਸੂਗਾ ਕੀ ਗੱਲਾਂ ਹੁੰਦੀਆਂ ਠੀਕ ਹੈ ਅਤੇ ਬਾਕੀ ਵੀਰੇ ਆਪਣਾ ਕੋਕ ਵੀ ਮੁੱਕ ਚੁੱਕਿਆ ਹੈਗਾ ਅਤੇ ਕੁੱਟ ਕਰ ਗਈ ਸੀਗੀ ਅਤੇ ਮੈਂ ਬਸ ਇਹੀ ਗੱਲ ਕਹਿਣਾ ਚਾਹੂੰਗਾ ਵੀ ਹੁਣ ਮਿੱਤਰੋ ਜੁੜੇ ਰਹੋ ਬਾਈ ਦੇ ਗਾਣੇ ਵੀ ਆ ਰਹੇ ਬੈਕ ਟੂ ਬੈਕ ਹੋ ਸਕਦਾ ਆਪਾਂ ਵੀ ਕਿਤੇ ਨਾ ਕਿਤੇ ਆ ਜਾਈਏ ਅਤੇ ਆਪਣੇ ਗਾਣੇ ਵੀ ਆ ਰਹੇ ਆ ਹੋ ਸਕਦਾ ਇਹ ਚੈਨਲ 'ਤੇ ਆ ਜਾਣ ਹੋ ਸਕਦਾ ਹੋਰ ਕੰਪਨੀ ਨਾ ਆ ਜਾਣ ਬਸ ਇੱਥੇ ਹੀ ਸਾਰਾ ਕੁਛ ਹੋਣਾ ਹੈਗਾ ਬਾਕੀ ਤੁਸੀਂ ਹੁਣ ਕੀ ਕਹਿੰਦੇ ਆ ਸਟੇ ਟੂਨ ਹਾਂ ਬਸ ਬਾਈ ਦਾ ਹੁਣ ਗਾਣੇ ਹੁਣ ਪਹਿਲਾਂ ਕਰਦਾ ਰਿਹਾ ਮੈਨੂੰ ਸਿੱਖ ਰਹੇ ਹਾਂ ਆਪਾਂ ਸਟੇ ਟੂਨ ਗਾਈਜ਼ ਅਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਜੇ ਕੁਛ ਹੋਰ ਵੀ ਪੁੱਛਣਾ ਦੱਸਣਾ ਹੁੰਦਾ ਮੈਨੂੰ ਮਾੜਾ ਜਿਹਾ ਕਮੈਂਟ ਕਰਦਾ ਕਰੋ ਆਪਾਂ ਜਿਹੜੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਆਪਾਂ ਪੁੱਛਿਆ ਕਰਾਂਗੇ ਅਤੇ ਪੋਡਕਾਸਟ ਜੇ ਤੁਹਾਨੂੰ ਜੀ ਲੱਗਿਆ ਤਾਂ ਵੀ ਦੱਸ ਦਿਓ ਗੱਲਾਂ ਕੁਛ ਵਧੀਆ ਲੱਗੀਆਂ ਤਾਂ ਵੀ ਦੱਸ ਦਿਓ ਜੇ ਕੋਈ ਗੱਲ ਸਾਡੀ ਮਾੜੀ ਵੀ ਲੱਗੀ ਤਾਂ ਮਾਫ਼ੀ ਤਾਂ ਚਾਹੁੰਦੇ ਨਹੀਂ ਅਸੀਂ ਕਿਉਂਕਿ ਸਾਨੂੰ ਮਾਫ਼ ਕਰਨਾ ਰੱਬ ਤੁਸੀਂ ਕੌਣ ਹੋ ਇਹ ਵੀਰੇ ਕਈ ਹੇਟਰਾਂ ਵਾਸਤੇ ਆ ਗੁੱਸਾ ਨਹੀਂ ਕਰਨਾ ਸਾਰਿਆਂ ਨੇ ਠੀਕ ਆ ਅਤੇ ਬਾਕੀ ਚੰਗਾ ਲੱਗਿਆ ਵੀਰੇ ਮਿਲ ਕੇ ਅਤੇ ਇਹਦੇ ਬਾਅਦ ਖਿੱਚਦੇ ਆਪਾਂ ਹੁਣ ਪਾਸ ਪਾਰਟ 2 3 4 5 6 ਆਉਣਗੇ ਤਾਂ ਦੇਖੀ ਚੱਲਿਓ ਐਪੀਸੋਡ 1 ਹੋ ਗਿਆ ਐਪੀਸੋਡ 1 ਹੋ ਗਿਆ ਬਸ ਜਿੰਦਾਬਾਦ ਇਹਦਾ ਚ ਕੋਈ ਗਾਣਾ ਸੁਣਾ ਕੇ ਫਿਰ ਜਿੰਦਾਬਾਦ ਕਰਦੇ ਹਾਂ ਆਪਾਂ ਜਿੰਦਾਬਾਦ ਇੱਕ ਗਾਣਾ ਤੁਸੀਂ ਮੇਰੇ ਕੋਲੋਂ ਸੁਣਾਇਆ ਸੀਗਾ ਕਿਹੜਾ ਸੀ ਜੋਣਾ ਜਿਹੜਾ ਇੱਕ ਮੈਂ ਕਹਿੰਦਾ ਖੁੱਤੀ ਸੁਣਾ ਦਿੰਦੇ ਆ ਕਾਸ਼ ਹੈ ਹਾਂ ਖੁੱਤੀ ਸੁਣਾ ਦੋ ਨਵਾਂ ਗਾਣਾ ਤਾਂ ਨਹੀਂ ਕੋਈ ਉਹ ਕਰਨਾ ਰਵੀਲ ਨਹੀਂ ਨਹੀਂ ਨਵਾਂ ਰਹਿਣ ਦਿੰਦੇ ਆਪਾਂ ਖੁੱਤੀ ਸੁਣਾ ਲੈਣ ਹੀ ਨਾ ਚੱਕ ਲੈ ਲੈਣ ਚੱਕ ਲੈਂਦਾ ਹਾਂ ਸਾਲੇ ਗਾਲਿਆਂ ਨੂੰ ਚੱਕ ਲੈਂਦੇ ਲੈਣ ਨਹੀਂ ਲੈਣ ਨਹੀਂ ਵਿੱਚ ਬਥੇਰੇ ਹੁੰਦੇ ਜਿਹੜੇ ਮੇਨ ਲਾਈਨ ਚੱਕ ਕੇ ਉੱਪਰ ਆਪਦਾ ਕਰ ਦਿੰਦੇ ਆ ਵੀ ਕਰੇਟ ਖੁੱਤੀ ਸੁਣਾ ਦਿੰਦੇ ਆ ਗੋਪੀ ਸੰਧੂ ਬੈਠਾ ਨਾ ਚਮਕਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਠੀਕ ਹੈ ਸੁਣਿਆ ਹੋਣਾ ਤੁਸੀਂ ਬਾਕੀ ਸਾਰਿਆਂ ਨੇ ਤੇ ਹੁਣ ਉਤੋਂ ਦੀ ਅਕਾਸ਼ ਸਿੱਧੂ ਵੀ ਨਾਲ ਬੈਠਾ ਖੁੱਤੀ ਪਾਉਣ ਨੂੰ ਨਾਮ ਚਮਕਾਉਣ ਨੂੰ ਠੀਕ ਹੈ ਮੇਰੇ ਮਨ ਚ ਸੀਗਾ ਜਦੋਂ ਮੈਂ ਇੱਕ ਦੋ ਗਾਣੇ ਕੱਢਤੇ ਤੇ ਵੈਗਰੂ ਨੇ ਚਲਾ ਚਲੂ ਇਹਤੇ ਤੇ ਉਹ ਤੋਂ ਬਾਅਦ ਮੈਂ ਕਿਸੇ ਨਾਲ ਆਪਦੀਆਂ ਗੱਲਾਂ ਬਾਤਾਂ ਕਰਾਂ ਪਰ ਫਿਰ ਵੀ ਮੇਰੇ ਨਾਲ ਕੋਈ ਯਾਰੀ ਦੋਸਤੀ ਚਾਹੀਦੀ ਆਪਾਂ ਬੈਠੇ ਹੋਣ ਉਹ ਮੈਨੂੰ ਕੋਈ ਕਹਿੰਦਾ ਤੂੰ ਬੈਠ ਕਹਿੰਦਾ ਗੱਲਾਂ ਪੋਡਕਾਸਟ ਹੀ ਕਰਨੀ ਆਪਾਂ ਕਿਉਂਕਿ ਇੰਟਰਵਿਊ ਅੱਡ ਚੀਜ਼ ਹੋ ਜਾਂਦੀ ਆ ਆਪਾਂ ਬੰਦੇ ਦੀ ਜ਼ਿੰਦਗੀ ਬਾਰੇ ਸਾਰਾ ਕੁਛ ਪੁੱਛਦੇ ਰਹਿੰਦੇ ਹਾਂ ਇੱਥੋਂ ਐਂ ਕੀ ਕੀਤਾ ਉੱਥੋਂ ਵੀ ਕੀਤਾ ਪੋਡਕਾਸਟ ਆਪਾਂ ਨੋਰਮਲ ਗੱਲਾਂ ਜਿਵੇਂ ਆਪਾਂ ਜੇ ਕੋਈ ਜੀ ਕਰਦਾ ਉਹ ਪੁੱਛ ਸਕਦੇ ਹਾਂਗੇ ਉਹਨਾਂ ਦੇ ਫਿਰ ਪੇਜ ਬਣਾਉਣਾ ਪੈਂਦਾ ਫਿਰ ਮੈਨੂੰ ਇੰਟਰਵਿਊ ਵਾਲਾ ਬਣਨਾ ਪੈਂਦਾ ਉਹ ਮੈਂ ਇੰਨਾ ਇਹੋ ਜਿਹਾ ਮੈਨੂੰ ਤਾਂ ਆਪਦੀਆਂ ਗੱਲਾਂ ਨਹੀਂ ਭੁੱਲ ਜਾਂਦਾ ਮੈਂ ਅਤੇ ਬਾਕੀ ਚੰਗਾ ਲੱਗਿਆ ਵੀਰੇ ਮਿਲ ਕੇ ਆਪਾਂ ਮਿਲਾਂਗੇ ਜਲਦੀ ਦੇਖਦੇ ਹਾਂ ਬਣਾਉਣਾ ਕੀ ਪਲੈਨ ਬਣਦਾ ਅਤੇ ਜੋਬਨ ਤੇਰੀ ਇੰਟਰਵਿਊ ਕਰਨੀ ਆ ਬੈਠ ਬਚਾ ਲਿਆ ਕੇ ਇੱਕ ਮਿੰਟ ਬੈਠਦਾ ਸੀ ਓਏ ਉਰੇ ਤਾਂ ਕੱਛੇ 'ਚ ਮੈਂ ਵੀ ਮੇਰੇ ਪੈਂਟ ਪਾਈ ਵੀ ਆ ਐਵੇਂ ਦੱਸ ਬੈਠ ਤੇ ਹਾਂ ਆ ਕੋਕ ਪੀ ਹੁਣ ਪੀਦਾ ਸੀ ਕੁੱਟ ਪਰ ਗੋਪੀ ਵੀਰੇ ਦਾ ਜੂਠਾ ਪੀ ਲਿਆ ਹੁਣ ਇਹਨਾਂ ਦਾ ਪਿਆਰ ਵਧਾਉਣੇ ਤੂੰ ਪਿੱਛੋਂ ਕਰਦੇ ਬੰਦੇ ਨੂੰ।